मारना बे बापू मैनू मारना, होया दस मेतों की कसूर, हुंदी जे ज्यूंदी मेरी अमड़ी, हाथ तेरे फड़दी जरूर। ढाडी वीरां नूं इक हाथ जोड़ के बेनती है कि दसवें पातशाह ने भी सानूं एक हुक्म किया कि कुड़ी मार दे नाल सिख दा कोई नाता नहीं। मैं उस भैन नूं भी शाबाशी देनी चाहुंदा हाँ, सरूप सिंह दी सकी भैन होण करके भी अपने भरा नाल झूठ नाल जुल्म नाल पाप नाल नहीं खड़ी, वो सच नाल खड़ी। साडा उहदे नाल किसे दा कोई संबंध नहीं रह गया, ते जिहड़ा रखेगा फिर वो आप जिम्मेवार होवेगा। भी अकाल तख्त साहिब दा जथेदार ਇਹੋ ਜਿਹੇ ਕੁੜੀ ਮਾਰ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਏ। ਜਿਵੇਂ ਤੁਸੀਂ ਦੋਹਰੇ ਮਾਪਦੰਡ ਕਾਨੂੰਨ ਦੇ ਵਿੱਚ ਕਿਹਾ ਤਾਂ ਦੋਸ਼ ਤਾਂ ਇਹ ਵੀ ਲੱਗ ਰਹੇ ਨੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਬਹੁਤ ਲੋਕਾਂ ਦੇ ਉੱਤੇ ਦੋਸ਼ ਕੁੜੀ ਮਾਰ ਦੇ ਲੱਗੇ ਨੇ, ਪਰ ਉਹ ਉੱਥੇ ਉਹਨਾਂ ਨੂੰ ਅਹੁਦੇ ਨੇ। ਕਾਮ ਅਤੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਜਿਨ੍ਹਾਂ ਨੇ ਸੰਘਰਸ਼ ਕੀਤਾ ਵੀ ਹੈ ਅਤੇ ਕਰ ਵੀ ਰਹੇ ਨੇ, ਜਿਨ੍ਹਾਂ ਦੇ ਪਰਿਵਾਰਾਂ ਦੇ ਜੀ ਜਿਹੜੇ ਆ ਪਰਿਵਾਰਾਂ ਦੇ ਪਰਿਵਾਰ ਵੀ ਸ਼ਹੀਦ ਹੋ ਗਏ, ਉਹਨਾਂ ਨੂੰ ਇੱਥੋਂ ਕੋਈ ਇਨਸਾਫ ਨਹੀਂ ਮਿਲਿਆ। ਪਰ ਇਹ ਇੱਕ ਅਫਸੋਸ ਦੀ ਗੱਲ ਨਹੀਂ ਹੈ ਜੀ, ਵੀ ਸਾਨੂੰ ਮੰਗ ਕਰਨੀ ਪੈ ਰਹੀ ਹੈ ਯਾਰ, ਜਿਹੜੇ ਗੁਰੂਆਂ ਨੇ ਕਿਹਾ ਸੀ ਵੀ ਜਿਹੜਾ ਕੁੜੀ ਮਾਰ ਹੈ ਉਹਦੇ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ, ਅਤੇ ਇਹ ਤਾਂ ਜਦੋਂ ਖਬਰ ਇਹ ਥੋੜ੍ਹੀ ਹੈ ਜੀ ਵੀ ਇਹ ਗੁਪਤ ਰਹੀ ਸੀ ਖਬਰ, ਕਿੰਨੇ ਮੀਡੀਆ ਚੈਨਲਾਂ ਨੇ, ਅਤੇ ਇਹ ਆਪਣੇ ਆਪ ਨਹੀਂ ਉੱਥੋਂ ਜੀ ਇੱਕ ਜ਼ਿਕਰ ਆਉਣਾ ਚਾਹੀਦਾ, ਭਾਈ ਸਰੂਪ ਸਿੰਘ ਨਾਂ ਦਾ ਬੰਦਾ ਹੈ, ਅੰਮ੍ਰਿਤਧਾਰੀ ਸੀ, ਉਹਨੇ ਆਪਣੀ ਕੁੜੀ ਮਾਰੀ, ਪ੍ਰੂਫ ਹੋ ਗਿਆ, ਪਰਚਾ 302 ਦਾ ਹੋ ਗਿਆ, ਅਤੇ ਇਹ ਤਾਂ ਉੱਥੋਂ ਹੁਕਮ ਆਪਣੇ ਆਪ ਸੁਣਾਏ ਜਾਣੇ ਚਾਹੀਦੇ ਸੀ, ਅਤੇ ਸਾਨੂੰ ਮੰਗਾਂ ਕਰਨੀਆਂ ਪੈ ਰਹੀਆਂ ਜੀ। ਜੇ ਉਹ ਸਾਗਰ ਹੁੰਦਾ, ਜੇ ਬੇਸ਼ੱਕ ਬੱਚੇ ਗਲਤੀਆਂ ਕਰਦੇ ਉਹਨਾਂ ਦੀਆਂ ਗਲਤੀਆਂ ਨੂੰ ਅੱਖੋਂ ਪਰੋਖੇ ਕਰ ਦਿੰਦਾ, ਜੇ ਉਹ ਸੰਗੀਤ ਦੇ ਨਾਲ ਵੀ ਅੰਦਰੋਂ ਜੁੜਿਆ ਹੁੰਦਾ ਤਾਂ ਜੋ ਉਹਨੇ ਘਿਨਾਉਣਾ ਕਰਮ ਕੀਤਾ ਉਹ ਕਦੇ ਨਾ ਕਰਦਾ। ਪ੍ਰਚਾਰਕ ਇੱਕ ਗੱਲ ਬਹੁਤ ਉਹਦੇ ਨਾਲ ਕਹਿੰਦੇ ਵੀ ਸੋਚੋ ਸਮਝੋ, ਅੱਜ ਦਾ ਜੋ ਹਾਲਾਤ ਨੇ, ਜੋ ਸਿੱਖਾਂ ਦੇ ਨਾਲ ਹੋ ਰਹੇ ਨੇ, ਬਹਿਰੂਪੀਏ ਆ ਗਏ ਨੇ, ਸਾਨੂੰ ਸਮਝਣ ਦੀ ਲੋੜ ਹੈ, ਸਾਨੂੰ ਸੁਚੇਤ ਰਹਿਣ ਦੀ ਲੋੜ ਹੈ, ਅਤੇ ਪ੍ਰਚਾਰਕ ਤਾਂ ਆਪ ਵੀ ਨਹੀਂ ਸੁਚੇਤ ਰਹੇ ਜੀ, ਅਸੀਂ ਸਮਝ ਨਹੀਂ ਸਕੇ ਜੀ ਉਸ ਸੂਰ ਨੂੰ ਵੀ ਇਹ ਗੰਦ ਖਾਣ ਵਾਲੀ ਜਾਤ ਹੈ ਜੀ, ਇਹ ਸਿਰਫ ਪੈਸਾ ਰੂਪੀ ਗੰਦ ਖਾਂਦਾ, ਅਤੇ ਵੱਡਾ ਵਿਦਵਾਨ ਜਿਹੜਾ ਇਹ ਗੱਲ ਕਰਦਾ ਵੀ ਸਿੱਖੋ ਸਿੱਖ ਕੌਮ ਨੂੰ ਜਾਗਣ ਦੀ ਲੋੜ ਹੈ, ਅਤੇ ਉਹ ਪ੍ਰਚਾਰਕ ਤਾਂ ਮੈਂ ਕਹਿੰਦਾ ਫਿਰ ਸੁੱਤਾ ਹੀ ਰਿਹਾ ਜੀ। ਪਹਿਲੀ ਵਾਈਫ ਉਹਦੀ ਕਦੇ ਜੇ ਕੋਈ ਉਹਨੂੰ ਮਿਲਣ ਗਿਆ ਕਦੇ ਆ ਕੇ ਨਹੀਂ ਸੀ ਬੈਠਦੀ ਕੋਲ, ਪਰ ਉਹ ਬੰਦੇ ਦੇ ਦੱਸਣ ਮੁਤਾਬਕ ਹੁਣ ਵਾਲੀ ਵਾਈਫ ਬਿਲਕੁਲ ਕੋਲ ਕੁਰਸੀ ਲਾ ਕੇ ਬੈਠ ਜਾਂਦੀ ਆ, ਅਤੇ ਇੰਨੀਆਂ ਗੱਲਾਂ ਕਰਦੀ ਆ, ਇੰਨਾ ਟਾਈਮ ਲੱਗਦਾ, ਇੰਨੇ ਪੈਸੇ ਚਾਹੀਦੇ ਆ। ਸੂਰ ਆਪਾਂ ਕਹਿ ਰਹੇ ਇੱਕ ਸੂਰ ਦੇ ਨਾਂ ਨੂੰ ਵੀ ਉਹ ਠੇਸ ਪੁੱਜੂਗੀ ਇਹ ਸੂਰ ਕਹਿ ਕੇ ਵੀ, ਕਿਉਂਕਿ ਸੂਰ ਵੀ ਗੰਦ ਖਾਂਦਾ, ਇਹ ਬੱਚੇ ਨਹੀਂ ਮਾਰਦਾ। ਮੈਂ ਕਦੀ ਇੱਦਾਂ ਦੀ ਗੱਲ ਕਦੀ ਨਹੀਂ ਸੁਣੀ ਕਿ ਕੋਈ ਮਾਂ ਮਤਰੇ ਬਾਪ ਦੇ ਨਾਲ ਰਲ ਕੇ ਆਪਣੇ ਬੱਚੇ ਦਾ ਕਤਲ ਕਰ ਦੇ। ਜਦੋਂ ਵੀ ਕਿਤੇ ਗੱਲ ਸੁਣੀ ਆ ਨਾ ਤਾਂ ਇਹੀ ਸੁਣੀ ਹੋਊਗੀ ਕਿ ਮਤਰੇਈ ਮਾਂ ਦੇ ਨਾਲ ਰਲ ਕੇ ਬਾਪ ਨੇ ਬੱਚਾ ਮਾਰ ਦਿੱਤਾ, ਇਹਦਾ ਵੀ ਬੱਚਾ ਆਪਣਾ ਵੀ ਜਿਹਦਾ ਨਾਂ ਗੁਰਨੂਰ ਸਿੰਘ ਤੁਸੀਂ ਲੈਂਦੇ ਆ, ਅਤੇ ਜੇ ਉਹ ਗੁਰਨੂਰ ਸਿੰਘ ਆ, ਜੇ ਉਹਨੇ ਗੁਰਨੂਰ ਸਿੰਘ ਨੂੰ ਐਕਸੈਪਟ ਕੀਤਾ ਅਤੇ ਉਹਦੇ ਬੱਚਿਆਂ ਨੂੰ ਇਹਨੇ ਕਿਉਂ ਨਹੀਂ ਕੀਤਾ? ਮੇਰੇ ਹਿਸਾਬ ਨਾਲ ਜੇ ਕਿਸੇ ਸਿੱਖ ਵਕੀਲ ਦੇ ਕੋਲ ਕੇਸ ਗਿਆ, ਜੇ ਉਹ ਅਸਲ ਸਿੱਖ ਹੋਊਗਾ ਉਹ ਤਾਂ ਨਹੀਂ ਲੜਦਾ। ਪਹਿਲੀ ਗੱਲ ਤਾਂ ਇਹੀ ਆ ਸਾਡੀ ਕਿ ਕੇਸ ਲੜੇ ਕੋਈ ਨਾ, ਤਾਂ ਜੇ ਕੋਈ ਲੜਦਾ ਵੀ ਫਿਰ ਉਹਨੂੰ ਪਹਿਲਾਂ ਦੇਖ ਲਵੇ, ਕਦੀ ਭੁੱਖ ਪੜਤਾਲ ਕਰ ਲਵੇ। ਦੇਖਿਆ ਕਹਿੰਦੇ ਆ ਵੀ ਇੱਕ ਔਰਤ ਕੁਝ ਵੀ ਕਰਾ ਸਕਦੀ ਹੈ, ਇੱਕ ਔਰਤ ਨੇ ਸਾਰਾ ਕਾਰਾ ਕੀਤਾ ਅਤੇ ਔਰਤ ਦੇ ਪਿੱਛੇ ਲੱਗ ਕੇ ਕੀਤਾ। ਯਾਰ ਔਰਤਾਂ ਨੂੰ ਨਾ ਬਦਨਾਮ ਕਰੋ, ਧੀਆਂ ਨੂੰ, ਉਹ ਵੀ ਔਰਤਾਂ ਵੀ ਕਿਸੇ ਦੀਆਂ ਧੀਆਂ, ਉਹਨਾਂ ਨੂੰ ਬਦਨਾਮ ਨਾ ਕਰੋ। ਹਾਂ, ਔਰਤ ਕੁਝ ਵੀ ਕਰਵਾ ਸਕਦੀ ਹੈ, ਪਰ ਕਿਹੜੀ ਔਰਤ ਜਿਹੜੀ ਮਰਦ ਦੀ ਪਸੰਦੀਦਾ ਹੋਵੇ। ਬੀਤੇ ਦਿਨੀ ਤੁਹਾਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਡੱਲਾ ਸਾਹਿਬ ਤੋਂ ਇੱਕ ਖਬਰ ਦਿਖਾਈ ਸੀ, ਮੰਦਭਾਗੀ ਖਬਰ ਸੀ। ਖਬਰ ਸੀ ਕਿ ਇੱਕ ਮਤਰੇਈ ਮਾਂ ਵੱਲੋਂ ਅਤੇ ਸਕੇ ਪਿਓ ਵੱਲੋਂ, ਜਿਹੜਾ ਕਿ ਢਾਡੀ ਜਥੇ ਦੇ ਨਾਲ ਸਰੰਗੀ ਵਜਾਉਣ ਦਾ ਕੰਮ ਕਰਦਾ ਹੈ ਅਤੇ ਨਾਮ ਸਰੂਪ ਸਿੰਘ ਸਾਗਰ, ਇਹਨਾਂ ਵੱਲੋਂ ਆਪਣੀ ਹੀ ਧੀ ਨੂੰ, ਮਾਸੂਮ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਖਬਰ ਦਿਖਾਈ, ਪਰਿਵਾਰ ਦੇ ਨਾਲ ਇੰਟਰਵਿਊ ਕੀਤੀ, ਹਰ ਇੱਕ ਦੇ ਦਿਲ ਦੇ ਵਿੱਚੋਂ ਇਸ ਪਰਿਵਾਰ ਦੇ ਲਈ, ਸਰੂਪ ਸਿੰਘ ਸਾਗਰ ਦੇ ਲਈ, ਉਸ ਮਤਰੇਈ ਮਾਂ ਦੇ ਲਈ ਅਤੇ ਉਸ ਦੇ ਅੱਗੇ ਪਰਿਵਾਰ ਦੇ ਲਈ ਬਦ ਦੁਆਵਾਂ ਹੀ ਨਿਕਲੀਆਂ, ਅਤੇ ਅਜਿਹੇ ਸ਼ਬਦ ਬੋਲੇ ਗਏ ਵੀ ਅਜਿਹੇ ਲੋਕਾਂ ਨੂੰ ਜੇਲ੍ਹ ਨਾਲੋਂ ਤਾਂ
मौत की सज़ा दे देनी चाहिए है, तो उस सज़ा भी इन्नी खतरनाक होनी चाहिए है भी लोगों एक मिसाल बने। खैर उस वेले खबर दिखाई तो कुछ ढाडी वीरां दा फोन लगातार आने शुरू भी हो गए सी, पहले भी आए सी उस ख इंटरव्यू तो पहले ही भी असं भी ये बारे बोलेंगे, पर पहले तुसी परिवार की इंटरव्यू दिखा दिओ। अज कुछ ढाडी भरा साडे नाल प्रचारक वीर है, उन्होंने नाल असी गलबात करनी है जी। तुहानू मिलाउण जा रहे सी सुरजीत सिंह जी, वारिस फौजा सिंह जी, सागर ते जतिंदर सिंह जी नूरपुरी, ते उन्हां दे नाल साथी आए हुए ने जी वीर जी। ते इन्हां वल्लों क्योंकि बहुत लोग कह रहे सी भी हुण ढाडी लोग भी बोलण भी ये जो कीता ये काम भी माड़ा कीता जां किस तरह होया, सो असीं इन्हां तों वी पुछ लैंदे आ उस घटना नूं किवें वेखदे हो जी, तुहाडे भरा वांग भी कदे तुहाडे नाल विचरे होणगे जी सरूप सिंह सागर जी, ते घटना नूं किवें वेखदे हो, लगदा सी इस तरह कर देणगे ओह? पहलां तां सारी संगत नूं वाहिगुरू जी का खालसा वाहेगुरू जी की फतेह। आप जी का बहुत बहुत धन्यवाद एक चैनल के उत्ते तुसी उस परिवार को सारा कुछ कवर करके लिया उन्हां दी खबर ढाडी सिंघां नूं भी फोन आए कि इस विषय के उत्ते जरूर कुछ ना कुछ बोलिया जाए जी। बच्ची की मौत तो एक दिन बाद दास ने कुछ कलेना बोल के बच्ची नूं श्रद्धांजलि दित्ती सी जी, मारना वे बापू मैनू मारना। जदों उन्होंने थाने विच गल कबूल की कि असीं बच्ची नूं इदां मारिया, वो वीडियो भी बहुत वायरल हुई, उहदे तौर ते मैनू भी कई फोन आए। मैं तुहाडे चैनल राहीं एक भी गल दसनी चाहुंदा है कि प्रचारक श्रेणी में तखलस ते ना जिहड़े आ एक दूजे दे नाल रलदे मिलदे आ जी। जे उहदा ना सरूप सिंह आ ते होर भी किसी का सरूप सिंह ना, जे उहदा तखलस मगर सागर आ तां भाई फौजा सिंह दा तखलस भी सागर जी। उहदे मतलब जिहड़ा बंदा पूरी दुनिया के विच देखा जाता सुनिया जाता, तो जिहड़ा बंदे का नाँ हिट हुंदा मशहूर हुंदा लोकी उहदा नाँ लैके उहनूं याद करदे भी शायद उस सागर ने कोई इदां दी घटना वापरी। जिथों तक तुसीं कहा कि तुसीं उहनां नाल विचरे आ जां मिले आ, मैं कदी उहनां नूं नहीं मिलिया, मैं उस बच्ची नूं भी कदी नहीं सी देखिया जी। लेकिन जदों इह चीज़ हाँ बच्ची का मामा जिहड़ा जिहदे तुसीं इंटरव्यू भी लई आ, वह मेरे जथे विच दो तीन वारी प्रोग्राम लवा गया मेरा साथी छुट्टी दे होण करके जी। उहदे नाल मेरी फोन ते वार्तालाप हुई ते असीं उह बच्ची वास्ते दो बोल मैं जिहड़े बोले उहदे करके मैनूं फोन आया जी, फलाना सूप सिंह आ जी, इह फलाना सागर आ जी। नहीं इदां उहदे विच इह कि मिसटेक परिवार कोलों हुई शायद कि नाल दी नाल फोटोआं जिहड़ियां उह चैनल दे ते जरूर दिखा लैणियां चाहीदियां सी कि इह बंदा है। उहदा कारण असीं पहली गल तां मैं बहुत ज़्यादा करड़े शब्दां विच इस गल दी निंदा भी उहदी करदा कि असी हर गल दे नाल जदों सरूप सिंह लाउने मैं नहीं लावांगा, मैं तां सरूप सिंह कहूँगा क्योंकि जिहड़ा बंदा सिंह आ उह अपनी धी दे उत्ते एड्डी दरिंदगी नहीं दिखा सकदा जी। ते दूआ रही गल कि उहने मतरेई माँ दे नाल रल के बच्ची नूं मारिया जां उहने क्यों मारिया, इह गल हाले तक किसी ने पुछी नहीं, ना किसी चैनल वाले ने पुछी, ना हाले गल सामने आ सकी कि उहनूं कुड़ी दा दुख की सी, उहने कुड़ी नूं मारिया क्यों। ਉਹ ਜਿਹੜੀ ਭੈਣ ਵੱਡੀ ਭੈਣ ਉਹ ਜ਼ਿਕਰ ਕਰਦੀ ਸੀ ਉਦੋਂ ਬਈ ਜਿਹੜੇ ਮਤਰੇਈ ਮਾਂ ਦੇ ਭਰਾ ਸੀ ਉਹ ਜ਼ਬਰ ਜਨਾਹ ਕਰਦੇ ਰਹਿੰਦੇ ਸੀ ਉਹਦੇ ਨਾਲ, ਤੇ ਇਹ ਖੁਲਾਸਾ ਹੋਣ ਦਾ ਡਰ ਸੀ ਸ਼ਾਇਦ ਇਸ ਕਰਕੇ ਮਾਰਿਆ ਹੋ ਸਕਦਾ, ਸ਼ਾਇਦ ਮੋਰੇ ਲਾ ਰਹੇ ਪਰ ਮੈਂ ਸ਼ਾਇਦ ਤਾਂ ਜੇ ਜਾਂ ਪਰ ਲੱਗ ਜਾਵੇ ਫਿਰ ਤਾਂ ਹੈ ਨਾ ਉਹਦੇ ਉੱਤੇ ਹੋ ਜਾਂਦਾ, ਪਰ ਅਸੀਂ ਜਿੱਦਾਂ ਹੁਣ ਕਿ ਉਹਦੇ ਨਾਲ ਸਾਡਾ ਕੋਈ ਵਾਹ ਵਾਸਤਾ ਨਹੀਂ। ਦੂਸਰੀ ਗੱਲ ਇੱਕ ਹੋਰ ਕਿ ਜਦੋਂ ਵੀ ਕੋਈ ਚੈਨਲ ਵਾਲਾ ਜਾਂਦਾ ਤਾਂ ਇੱਕ ਢਾਡੀ ਸ਼ਬਦ ਨੂੰ ਉੱਥੇ ਮੁੱਖ ਰੱਖਿਆ ਜਾਂਦਾ ਕਿ ਢਾਡੀ ਨੇ ਧੀ ਦਾ ਕਤਲ ਕੀਤਾ, ਢਾਡੀ ਨੇ ਬੇਰਹਿਮੀ ਨਾਲ ਬੱਚੀ ਮਾਰੀ। ਜਥੇ ਦੇ ਵਿੱਚ ਤਿੰਨ ਕੈਟਾਗਰੀਆਂ, ਦੋ ਢਾਡੀ, ਇੱਕ ਸਰੰਗੀ ਵਾਦਕ ਅਤੇ ਇੱਕ ਪ੍ਰਚਾਰਕ ਜਿਹਨੂੰ ਜਥੇਦਾਰ ਕਹਿੰਦੇ ਆ। ਪ੍ਰਚਾਰਕ ਦਾ ਅਲੱਗ ਨਾਂ ਆ, ਸਰੰਗੀ ਮਾਸਟਰ ਦਾ ਅਲੱਗ ਨਾਂ ਆ, ਢਾਡੀ ਅਲੱਗ ਨੇ। ਅਤੇ ਉੱਥੇ ਜਦੋਂ ਆਪਾਂ ਇੱਕ ਸਰੰਗੀ ਵਾਦਕ ਅਤੇ ਨਾਲ ਦੀ ਨਾਲ ਇਸ ਰੂਪ ਸਿਓ ਸਰੰਗੀ ਵਾਦਕ ਦੇ ਨਾਲ ਨਾਲ ਉਹ ਸਰੰਗੀ ਮੇਕਰ ਵੀ ਸੀ, ਉਹ ਸਰੰਗੀ ਵਜਾਉਂਦਾ ਵੀ ਸੀ। ਅਤੇ ਹੁਣ ਜਥੇ ਖੜ੍ਹੇ ਨੇ, ਜਥੇਦਾਰ ਖੜ੍ਹੇ ਨੇ, ਮੇਰਾ ਖਿਆਲ ਇਹ ਇਹਨਾਂ ਦੇ ਪਿੰਡ ਵੀ ਮੇਰੇ ਨਾਲੋਂ ਜ਼ਿਆਦਾ ਲੱਗ ਗਏ, ਮੈਂ ਥੋੜ੍ਹਾ ਇਹਨਾਂ ਤੋਂ ਦੂਰ ਹਾਂ। ਸਾਨੂੰ ਨਹੀਂ ਪਤਾ ਕਿ ਉਹ ਕਿਹੜੇ ਜਥੇ ਨਾਲ ਕੰਮ ਕਰ ਰਿਹਾ ਸੀ, ਵੀ ਮੌਜੂਦਾ ਟਾਈਮ ਦੇ ਵਿੱਚ ਜਦੋਂ ਉਹਨੂੰ ਬੱਚੀ ਨੂੰ ਮਾਰਿਆ ਉਹਦਾ ਜਥੇਦਾਰ ਕੌਣ ਸੀ। ਇਹਦੇ ਵਿੱਚ ਹੁਣ ਮੈਂ ਬੇਨਤੀ ਕਿ ਸਾਰੇ ਢਾਡੀ ਪ੍ਰਚਾਰਕਾਂ ਨੂੰ ਵੀ ਹੋ ਸਕਦਾ ਕਦੇ ਜ਼ਮਾਨਤ ਦੇ ਬਾਹਰ ਆ ਜਾਵੇ, ਦੋ ਸਾਲਾਂ ਨੂੰ, ਚੌਂ ਸਾਲਾਂ ਨੂੰ, ਸਾਲ ਬਾਅਦ ਆਪਾਂ ਨਹੀਂ ਕਹਿ ਸਕਦੇ, ਅਤੇ ਕਾਨੂੰਨ ਦੀ ਕਾਨੂੰਨ ਦਾ ਦਾਇਰਾ ਨਾ, ਅਤੇ ਕਾਨੂੰਨ ਦੇ ਦਾਇਰੇ ਵਿੱਚ ਉਹਨੂੰ ਕਦੋਂ ਜ਼ਮਾਨਤ ਮਿਲਦੀ ਆ, ਉਸ ਤੋਂ ਬਾਅਦ ਉਹ ਆਉਂਦਾ ਹੈ। ਅਤੇ ਢਾਡੀ ਵੀਰਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਕਿ ਦਸਵੇਂ ਪਾਤਸ਼ਾਹ ਨੇ ਵੀ ਸਾਨੂੰ ਇੱਕ ਹੁਕਮ ਕੀਤਾ ਕਿ ਕੁੜੀ ਮਾਰ ਦੇ ਨਾਲ ਸਿੱਖ ਦਾ ਕੋਈ ਨਾਤਾ ਨਹੀਂ, ਤਾਂ ਜੇ ਦਸਵੇਂ ਪਾਤਸ਼ਾਹ ਦੇ ਹੁਕਮਾਂ ਨੂੰ ਆਪਾਂ ਅਪਣਾਈਏ ਅਤੇ ਕੱਲ੍ਹ ਨੂੰ ਕੋਈ ਹੋਰ ਪ੍ਰਚਾਰਕ ਉਹਨੂੰ ਬਾਹਰੋਂ ਜ਼ਮਾਨਤ 'ਤੇ ਆਉਂਦਾ ਤਾਂ ਉਹਨੂੰ ਨਾਲ ਆਪਣੇ ਖੜ੍ਹਾ ਕਰੇ, ਤਾਂ ਮੇਰਾ ਖਿਆਲ ਫਿਰ ਉਹ ਵੀ ਕੁੜੀ ਮਾਰਨ ਨਾਲੋਂ ਘੱਟ ਨਹੀਂ ਹੋਊਗਾ।
बिल्कुल जिवें तुसीं गल कीती वी बहुत लोगों ने ढाडी का नाम बदनाम करने की कोशिश की जां कर रहे आ वी ये शब्द भी वो एक सुरंगी वादक सी, पर सवाल यह भी पैदा हुंदा भी जे सुरंगी किहड़ा जी वह अलग किसी एक तो हुंदा भी वह किसी होर दे नाल जां किसी गीतों के सुरंगी बजाउंदा सी, बजाउंदा तां उस जथे नाल सी जिहनूं ढाडी जथे दे नां वजों जाणिया जांदा जी। फिर ढाडी शब्द नूं इस करके टारगेट करना कितें तां नहीं आ वी तुसीं इत्थे आ के वी आपां ढाडी जथे नूं बदनाम कर रहे लोग वी असीं कितना कितें बचाईए उहनूं? नहीं देखो ढाडी शब्द कोई साडा अपना नहीं, गुरु महाराज की बख्शिश आ। गुरु नानक साहब ने भी कहा सी हौं ढाडी वेकार कारे लाया जी, पंजवें पातशाह तक ढाडी शब्द चलता रहा, छेवें पातशाह ने ढाडिया स्टेजा के उत्ते लिया। असी ढाडी शब्द को बचाने वाले पहली गल तो असं कहना जो गुरु महाराज ने जो दरों घरों बरसाई चीज़ आ ते जां वो बाणी विच शब्द दर्ज आ उस चीज़ को बचाना वो तो अकाल पुरख अपने आप आना सारा कुछ। लेकिन ढाडी उहदे विच इह आ कि किसी ढाडी का ना होर सरूप सिंह होवे, फिर वो उधरले पासे नूं ढड वाले वाले नूं गल चले जाती है, किसी प्रचारक का ना सुरूप सिंह होवे जां पिछे सागर होवे फिर उहदे वल नूं गल चले जाती है। लेकिन वो एक सुरंगी वादक सी, सुरंगी वादक ना कहा जाता तो उहदे विच एक जथेदार का ना भी बचता तो एक ढड वजाउण वाले ढाडी का ना भी बचता। असी इस करके कह रहे हैं कि जिहड़ी चीज़ वो कर रहा सी उहदे नां दे नाल ही उहनूं संबोधन करके तो लाणत जिहड़ी आ उह पाई जावे जी। असी अपने नूं भी इह गल कह रहे हैं कि मतलब जे हुण एक उहदी लाणत है कि असी भी प्रचार करते हैं जे असी साहिबजादां दा प्रसंग किते सुणाउने आ तो असी संगत नूं भी भावुक कर दिंदे आ तो असी आप भी भावुक हो जांदे आ भई 7 साल ते 9 साल दे साहिबजादे सी तो असी उन्हां दीआं बातां अज तों 300 साल 350 साल पुरानियां इतिहासक गल्लां करके तो रोना आ जांदा संगत नूं ते अज एक प्रचारकां दे नाल खड़े हो के सुरंगी वजाउण वालिआं नूं अपने बच्चिआं दे उत्ते रहम क्यों नहीं आया? असी उहनां दी गल तां करदे आ साहिबजादिआं दी, लेकिन सानूं अपने बच्चे ते तरस नहीं आया, उहनूं असी मार दित्ता तो ये तो ज़्यादा होर असं वास्ते की लफ्ज़ वरत सकते हैं कि उन्हें बहुत घिनौनी हरकत की है। तो वाहिगुरू अगे ये अरदास करते हैं कि सच्चे पातशाह यहो जहा करम यहो जहा लिख किसी धी देना लिखी कि वह बाप के हथों गला कुट के मरे जी। तुसी एक बोलन की गल की है तुसी मतलब कि दर्द एक उन्हों लाणता रूपी एक कविता रूपी चीज़ जी पाते हो सोशल मीडिया के उत्ते, मैं चाहता भी दर्शक भी वह चीज़ सुनन जी की सी जी उहदे बोल जी। मैं वैसे मैं कोई स्पैशल पहला तो नहीं सी, जदों मैनू मैं इदा घरे बैठा तो मैं कॉल आई कि भाजी उन्होंने इदा इदा करके उन्होंने बच्ची नूं मारिया जी। तो मेरे मन च एक ख्याल आउंदा कि जदों बच्ची दे मूँह दे उत्ते उन्होंने दस्या तो उन्होंने भी सराहना रख के उहदे साह कुटे तो जो एक बाप इदा दा कम करदा होगा तो ती की सोचदी होगी, बाप दे विचों एक हवान देखदी होगी जां अपना बाप देखदी होगी? तो उहदे एक दिल की हूक जे सी जिहनूं मैं बोलन लगा भी अपने मैं फोन ते रिकॉर्डिंग की, मैं कदे स्टूडियो जाके रिकॉर्डिंग नहीं की। मैं खुद भी 8-9 बारी रोया क्योंकि किसी ना किसी लैन दे उतण के मेरा गला भर आउंदा सी जी। उहदे बोल इही सी कि मारना बे बापू मैनू मारना, होया दस मेरे तों की कसूर, हुंदी हुंदी जे जिउंदी मेरी अमड़ी, हाथ तेरे फटदी जरूर। उहदे बोल इह लिखे गए सी किहड़ी गल्लों मैनू बापू मारने ते तुल्लिया, इस टाइम तैनू रब दस का तो भुल्लिया, मां मतरई नाल रल के होया का तो दस मजबूर, मारना बे बापू मैनू मारना, होया दस मेरे तों की कसूर। बड़ा संगत ने प्रवान किया, बड़े मैसेज आए, बड़ा फेसबुक के उत्ते वो मतलब मेरे लोग एक श्रद्धांजलि सी जी उस बच्ची नूं, काश कि असी उन्हूं पहले मिले होंदे उस बच्ची नूं। तां हुण जे कोई घर की मजबूरी सी तो बच्ची नूं होस्टल विच भी पढ़न पा सकदा सी जी जी। जे उहदे मतलब दूसरे ब्याह विच कोई उन्हां नूं कोई लगदा सी कि साढ़े घर च इस बच्चे की प्रॉब्लम आ तो बच्ची नूं होस्टल विच पढ़न पा सकदा सी, पर उन्हें बच्ची मारी क्यों इस गल का खुलासा हले तक नहीं होया। भाई फौजा सिंह जी ਤੁਹਾਡਾ ਤਖਲਸ ਵੀ ਸਾਗਰ ਹੈ ਜੀ, ਇਹ ਕਿਸ ਤਰ੍ਹਾਂ ਪੈਂਦਾ? ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਲੋਕ ਚੈਨਲ ਦਾ ਧੰਨਵਾਦ ਹੈ ਕਿ ਸਾਡੀ ਗੱਲ ਜਿਹੜੀ ਲੋਕਾਂ ਤੱਕ ਪਹੁੰਚਾਉਣ ਵਾਸਤੇ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ। ਜਿਹੜਾ ਪਾਪ ਹੋਇਆ, ਜਿਹੜਾ ਜ਼ੁਲਮ ਹੋਇਆ ਉਸ ਪਿੰਡ ਵਿੱਚ ਹੋਇਆ ਜਿਸ ਪਿੰਡ ਦੀ ਇਤਿਹਾਸਕ ਮਹੱਤਤਾ ਵੱਲ ਵੇਖੀਏ ਤਾਂ ਉਹ ਪਿੰਡ ਦਾ ਜ਼ਰਾ ਜ਼ਰਾ ਜਿਹੜਾ ਨਾ ਬੜਾ ਪਵਿੱਤਰ ਹੈ ਕਿਉਂਕਿ ਉੱਥੇ 8 ਪਾਤਸ਼ਾਹੀਆਂ ਦੇ ਚਰਨ ਪਏ ਨੇ ਅਤੇ 72 ਗੁਰਸਿੱਖ ਬ੍ਰਹਮ ਗਿਆਨੀਆਂ ਦੀ ਉਹ ਨਗਰੀ ਹੈ। ਪੂਰੇ ਭਾਰਤ ਦੇ ਇਤਿਹਾਸ ਨੂੰ ਜਦੋਂ ਗੋਰੇ ਇਤਿਹਾਸ ਵੱਲ ਆਪਾਂ ਨਜ਼ਰ ਮਾਰਦੇ ਹਾਂ ਨਾ, ਪੜ੍ਹ ਕੇ ਵੇਖੀਏ ਤਾਂ ਪੂਰੇ ਭਾਰਤ ਵਿੱਚ ਕੇਵਲ 4 ਨੇ ਇਹ। ਸ਼੍ਰੀ ਅੰਮ੍ਰਿਤਸਰ ਸਾਹਿਬ 8 ਪਾਤਸ਼ਾਹੀਆਂ ਦੇ ਚਰਨ ਨੇ ਜੀ, ਖਡੂਰ ਸਾਹਿਬ 8 ਪਾਤਸ਼ਾਹੀਆਂ ਦੇ ਚਰਨ ਨੇ ਅਤੇ ਇਹ ਡੱਲਾ ਸਾਹਿਬ ਇੱਥੇ 8 ਪਾਤਸ਼ਾਹੀਆਂ ਦੇ ਚਰਨ ਪਏ ਨੇ ਅਤੇ ਇੱਕ ਕੁਰਸ਼ੇਤਰ ਹਰਿਆਣੇ ਵਿੱਚ ਰਹਿ ਗਿਆ ਜਿੱਥੇ 9 ਪਾਤਸ਼ਾਹੀਆਂ ਦੇ ਚਰਨ ਪਏ ਨੇ। ਔਰ ਗੱਲ ਆਪਾਂ ਕਰਨੀ ਹੈ ਡੱਲੇ ਪਿੰਡ ਦੀ। ਮੇਰਾ ਪਿੰਡ ਮੀਰਾਂਪੁਰ ਹੈ, ਕਾਗਜ਼ਾਂ ਦੇ ਵਿੱਚ ਉਹ ਮੀਰਾਂਪੁਰ ਹੈ, ਪਰ ਡੱਲਾ ਸਾਹਿਬ ਦੇ ਨੇੜੇ ਹੋਣ ਕਰਕੇ
जदों स्टेजा पर असी विचरते हाँ विदेशों में भी विचरे हाँ तो डल्ला साहब का ही जिक्र करते हैं क्योंकि साढ़े इलाके का वो केंद्रीय स्थान है तो पिंड भी वह ऐसा भी जिस पिंड के कुछ गुरसिख प्यारे ब्रह्म ग्यानी जेडे भाई पारो वर्गे परमहंस होए ने हाँ जी तो जिन्हों के नाते असी तकरीबन 2014 तो एक विद्यालय भी शुरू किया गुरमत का जिस विद्यालय नाल इहदा सरूप सिंह दा सागर का कोई संबंध नहीं सीगा ਉਹ ਸਰੰਗੀਆਂ ਬਣਾਉਂਦਾ ਸੀ ਅਤੇ ਸਰੰਗੀ ਵਜਾਉਂਦਾ ਵੀ ਸੀ ਸਰੰਗੀਆਂ ਬਣਾਉਣ ਕਰਕੇ ਅਸੀਂ ਉਹਦੇ ਸੰਪਰਕ ਵਿੱਚ ਪਹਿਲਾਂ ਆਏ ਸੀਗੇ ਕਿਉਂਕਿ ਪਹਿਲਾਂ ਮੈਂ ਵੀ ਸਰੰਗੀ ਵਜਾਉਂਦਾ ਰਿਹਾ ਪਰ 15 ਸਾਲ ਤੋਂ ਉਸ ਬੰਦੇ ਨਾਲ ਸਾਡਾ ਕੋਈ ਸਬੰਧ ਨਹੀਂ ਸੀਗਾ ਜੀ ਵੀ ਕੋਈ ਸਬੰਧ ਨਹੀਂ ਉਹਦੇ ਨਾਲ ਰੱਖਿਆ ਅਤੇ ਤਖੱਲਸ ਜਿਹੜਾ ਹੈ ਉਹ ਮੈਂ ਬੇਨਤੀ ਕਰਾਂ ਕਿਉਂਕਿ ਜਿਵੇਂ ਪਹਿਲਾਂ ਵੀਰ ਵਾਰਸ ਜੀ ਨੇ ਬੇਨਤੀ ਕੀਤੀ ਵੀ ਸਾਡੇ ਜਿਹੜੇ ਪ੍ਰਚਾਰਕਾਂ ਦੇ ਤਖੱਲਸ ਹੁੰਦੇ ਨੇ ਖਾਸ ਕਰਕੇ ਢਾਡੀ ਕਲਾ ਜਾਂ ਕਵੀਸ਼ਰੀ ਕਲਾ ਕਿੱਤੇ ਨਾਲ ਸੰਬੰਧਿਤ ਜਾਂ ਕੋਈ ਕਥਾਵਾਚਕ ਵੀ ਆਪਣੇ ਨਾਂ ਪਿੱਛੇ ਕੋਈ ਤਖੱਲਸ ਰੱਖਦਾ ਹੈ ਉਹ ਜੋ ਉਹਨੂੰ ਚੰਗਾ ਲੱਗਦਾ ਉਹ ਰੱਖ ਲੈਂਦਾ ਅਤੇ ਇਹ ਜਿਹੜੇ ਰਜਿਸਟਰਡ ਨਹੀਂ ਹੁੰਦੇ ਕਿਸੇ ਕਿਸੇ ਦਾ ਤਖੱਲਸ ਰਜਿਸਟਰਡ ਹੁੰਦਾ ਜਿਵੇਂ ਉਹਦਾ ਨਾਂ ਸਰੂਪ ਸਿੰਘ ਸਾਗਰ ਸੀ ਅਤੇ ਸਾਗਰ ਤਖੱਲਸ ਹੋਰ ਬਹੁਤ ਹੈਗੇ ਨੇ ਮੈਂ ਖੁਦ ਲਿਖਦਾ ਸੀ ਛੋਟੀ ਉਮਰ ਤੋਂ ਅਤੇ ਲਿਖਣ ਕਰਕੇ ਮੈਂ ਵੀ ਆਪਣੇ ਨਾਂ ਪਿੱਛੇ ਸਾਗਰ ਤਖੱਲਸ ਰੱਖ ਲਿਆ ਕਿਉਂਕਿ ਉਹ ਕਵਿਤਾ ਦੇ ਵਿੱਚ ਉਹਦਾ ਜਿਹੜਾ ਲਿਖਣਾ ਸੀ ਉਹ ਸੌਖਾ ਸੀਗਾ ਜਦੋਂ ਵੀ ਆਪਾਂ ਕੋਈ ਕਵਿਤਾ ਲਿਖਦੇ ਹਾਂ ਅਤੇ ਜਿਹੜਾ ਆਪਣਾ ਤਖੱਲਸ ਜਦੋਂ ਵਿੱਚ ਲਾਉਣਾ ਹੁੰਦਾ ਉਹ ਵੇਖਣਾ ਹੁੰਦਾ ਵੀ ਉਹਦਾ ਮਾਪ ਤੋਲ ਕਿੰਨਾ ਪੂਰਾ ਬੈਠਦਾ ਠੀਕ ਕਿ ਨਹੀਂ ਬੈਠਦਾ ਅਤੇ ਪਰ ਮੈਂ ਇੱਕ ਬੇਨਤੀ ਕਰਾਂ ਵੀ ਸਰੰਗੀ ਵਜਾਉਣ ਕਰਕੇ ਵੀ ਉਹ ਇੰਨਾ ਜ਼ਿਆਦਾ ਮਤਲਬ ਲੋਕਾਂ ਦੇ ਵਿੱਚ ਨਹੀਂ ਸੀਗਾ ਵੀ ਲੋਕ ਸਾਰੇ ਜਾਣਦੇ ਹੁਣ ਵੀ ਸਰੂਪ ਸਿੰਘ ਇਹ ਹੈ ਇੱਕ ਸਰੰਗੀਆਂ ਬਣਾਉਣ ਕਰਕੇ ਅਸੀਂ ਉਹਦੇ ਸੰਪਰਕ ਦੇ ਵਿੱਚ ਆਏ ਸੀ ਅਤੇ ਹੁਣ ਜਿਹੜੇ ਹਰ ਇੱਕ ਸ਼ਾਗਿਰਦ ਨੇ ਮਤਲਬ ਉਹਨੂੰ ਇਦਾਂ ਦੀ ਲਾਹਨਤ ਪਾਈ ਆ ਅਤੇ ਜਿਹੜੀ ਹੈ ਵੀ ਜਾਇਜ਼ ਆ ਬਈ ਜੋ ਜੁਰਮ ਉਹਨੇ ਕੀਤਾ ਜੋ ਪਾਪ ਕੀਤਾ ਹੈ ਅਸੀਂ ਬਜ਼ੁਰਗਾਂ ਕੋਲੋਂ ਸੁਣਦੇ ਆਏ 2-4-5 ਪੀੜ੍ਹੀਆਂ ਤੋਂ ਪਿੱਛੇ ਸਾਨੂੰ ਜਿਹੜੇ ਸਾਡੇ ਹੁਣ ਬਜ਼ੁਰਗ ਦੱਸਦੇ ਆ ਵੀ ਘਰ ਦੇ ਵਿੱਚ ਗੁਰਮਤਾ ਗੁਰਸਿੱਖੀ ਆ ਔਰ ਹਕੀਕਤ ਇਹ ਹੈ ਵੀ ਬੰਦਾ ਜਿਹੜਾ ਕਤਲ ਕਰਦਾ ਹੈ ਪਾਪ ਹੁੰਦਾ ਇੱਕ ਬਹੁਤ ਵੱਡਾ ਉਹ ਅਤੇ ਬਜ਼ੁਰਗ ਦੱਸਦੇ ਹੁੰਦੇ ਵੀ ਕਤਲ ਅਤੇ ਪਾਪ ਕਦੇ ਗੁੱਝੇ ਨਹੀਂ ਰਹਿੰਦੇ ਇੱਕ ਦਿਨ ਸਿਰ ਚੜ੍ਹ ਕੇ ਬੋਲਦੇ ਨੇ ਅਤੇ ਬੋਲੇ ਵੀ ਔਰ ਇੱਕ ਮੈਂ ਬੇਨਤੀ ਕਰਦਿਆਂ ਵੀ ਉਸ ਬੰਦੇ ਨੇ ਪਾਪ ਕੀਤਾ ਉਹ ਵੀ ਧੀ ਦਾ ਕਤਲ ਕੀਤਾ ਅਤੇ ਭਾਈ ਸਾਹਿਬ ਉਹਨਾਂ ਨੇ ਵਾਰਸ ਜੀ ਉਹਨਾਂ ਨੇ ਵੀ ਇਹ ਜ਼ਿਕਰ ਕੀਤਾ ਹੈ ਵੀ ਸਾਨੂੰ ਤਾਂ ਗੁਰੂ ਦਾ ਹੁਕਮ ਹੈ ਵੀ ਕੁੜੀ ਮਾਰ ਨਾਲ ਅਤੇ ਨੜੀ ਮਾਰ ਹੁੱਕਾ ਪੀਣ ਵਾਲੇ ਨੂੰ ਕਹਿੰਦੇ ਨੇ ਵੀ ਉਹਦੇ ਨਾਲ ਕੋਈ ਸਿੱਖ ਦਾ ਕੋਈ ਸੰਬੰਧ ਨਹੀਂ ਸਾਡਾ ਸੰਬੰਧ ਕੇਵਲ ਉਦੋਂ ਤੱਕ ਸੀ ਜਦੋਂ ਮਤਲਬ ਅਸੀਂ ਉਹਦੇ ਕੋਲੋਂ ਕੁਝ ਮਾੜੀ ਮੋਟੀ ਸਰੰਗੀ ਦੀ ਤਲੀਮ ਲਈ ਹੋਵੇ ਜਾਂ ਸਰੰਗੀ ਲਿਆਉਣ ਵਾਸਤੇ ਕੋਈ ਘਿਓ ਬਣਾਉਂਦਾ ਹੁੰਦਾ ਸੀ ਜਦੋਂ ਤੋਂ 15 ਸਾਲ ਤੋਂ ਮੈਂ ਪਹਿਲਾਂ ਵੀ ਕਹਿ ਰਿਹਾ ਇਹ ਪਿੰਡ ਦਾ ਹਰ ਇੱਕ ਬੰਦਾ ਜਾਣਦਾ ਇਲਾਕਾ ਜਾਣਦਾ ਸੰਗਤ ਜਾਣਦੀ ਹੈ ਵੀ 15 ਸਾਲ ਤੋਂ ਬਾਅਦ ਉਹਦੇ ਨਾਲ ਸਾਡਾ ਕੋਈ ਸੰਪਰਕ ਨਹੀਂ ਸੀ 15 ਸਾਲ ਤੋਂ ਬਾਅਦ ਮੈਂ ਮਤਲਬ ਬਿਲਕੁਲ ਉਹਦੇ ਨਾਲ ਮੱਥੇ ਵੀ ਨਹੀਂ ਉਹਦੇ ਲੱਗੇ ਇਹ ਮੱਥੇ ਮਤਲਬ ਕਿ 15 ਸਾਲ ਤੋਂ ਪਹਿਲਾਂ ਅਜਿਹੀ ਕਿਹੜੀ ਘਟਨਾ ਵਾਪਰ ਗਈ ਸੀ ਵੀ ਤੁਸੀਂ ਮੱਥੇ ਨਹੀਂ ਲੱਗੇ ਸੀ ਉਦੋਂ ਵੀ ਕੋਈ ਚਲਾਕੀ ਕੀਤੀ ਚਲਾਕੀ ਇਹ ਵੀ ਜਦੋਂ ਮੈਂ ਪ੍ਰਚਾਰ ਕਰਨ ਲਈ ਲਾਈਨ ਨੂੰ ਅਪਣਾ ਲਿਆ ਹਾਂਜੀ ਹੋ ਸਕਦਾ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਹੋਵੇ ਅਤੇ ਇਸ ਕਰਕੇ ਮਤਲਬ ਵੱਡੀ ਗੱਲ ਤਾਂ ਇਹ ਹੁੰਦੀ ਹੈ ਵੀ ਇੱਕ ਬੰਦਾ ਹੁੰਦਾ ਗੁਰਮਤ ਨੂੰ ਸਮਰਪਿਤ ਹੋਇਆ ਹੁੰਦਾ ਹੈ ਇੱਕ ਬੰਦਾ ਕੁਝ ਹੁੰਦਾ ਵੀ ਕੁਝ ਗੱਲਾਂ ਐਸੀਆਂ ਮਤਲਬ ਦੇਖ ਲੈਂਦਾ ਵਾ ਵੀ ਜਿਹਦੀਆਂ ਕਰਕੇ ਜਿਹੜੇ ਜਿਹਦੇ ਕਰਕੇ ਵੀ ਉਹਨੂੰ ਆਪਣਾ ਮਤਲਬ ਸੁਚੇਤ ਹੋਣਾ ਪੈਂਦਾ ਅਤੇ ਮੈਂ ਇਹ ਸਮਝਦਾ ਕਿ ਮੈਂ ਸੁਚੇਤ ਹੋਇਆ ਜਾਂ ਵਾਹਿਗੁਰੂ ਨੇ ਕਿਰਪਾ ਕੀਤੀ ਵੀ ਮੇਰੇ ਇਲਾਕੇ ਦੇ ਵਿੱਚ ਮੇਰੀ ਇਮੇਜ ਕੀ ਆ ਵੀ ਲੋਕਾਂ ਦੇ ਵਿੱਚ ਕੀ ਆ ਵੀ ਮੈਂ ਕੀ ਕਰ ਰਿਹਾ ਵਾਂ ਸਾਰੀ ਸੰਗਤ ਜਾਣਦੀ ਹੈ ਕੌਮ ਜਾਣਦੀ ਪੰਥ ਅੱਜ ਮੈਨੂੰ ਇਸ ਕਰਕੇ ਮਤਲਬ ਤੁਹਾਡੇ ਸਾਹਮਣੇ ਹੋਣਾ ਪਿਆ ਮੀਡੀਏ ਦੇ ਵੀ ਉਹਦੇ ਨਾਂ ਨਾਲ ਸਾਗਰ ਤਖੱਲਸ ਸੀ ਉਸ ਸਾਗਰ ਨੂੰ ਬਹੁਤ ਘੱਟ ਲੋਕ ਜਾਣਦੇ ਹੋਣਗੇ ਮੇਰੀ ਇੱਕ ਪਛਾਣ ਲੋਕਾਂ ਵਿੱਚ ਸੰਗਤ ਵਿੱਚ ਜੋ ਪਿਆਰ ਬਣਿਆ ਹੋਇਆ ਉਹ ਬਣਿਆ ਰਹੇਗਾ ਮੈਂ ਅਰਦਾਸ ਕਰਦਾ ਗੁਰੂ ਦੇ ਚਰਨਾਂ ਦੇ ਵਿੱਚ ਕਿਉਂਕਿ ਮੈਂ ਸਮਰਪਿਤ ਹਾਂ ਗੁਰਮਤ ਨੂੰ ਗੁਰਸਿੱਖੀ ਨੂੰ ਔਰ ਵੱਡੀ ਗੱਲ ਇਹ ਬਈ ਉਸ ਡੱਲੇ ਪਿੰਡ ਵਿੱਚ ਜਿੱਥੇ 22 ਮੰਜੀਆਂ 'ਚੋਂ 4 ਮੰਜੀਆਂ ਸਥਾਪਿਤ ਹੋਈਆਂ ਭਾਈ ਪਾਰੋ ਜੀ ਪਰਮਹੰਸ ਵਰਗੇ ਮੰਜੀਦਾਰ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਡੱਲੇ ਪਿੰਡ ਦੇ ਉਹਨਾਂ ਗੁਰਸਿੱਖਾਂ ਦਾ ਨਾਮ ਹੀ ਹੈ ਜਿਹੜੇ ਡੱਲੇ ਪਿੰਡ ਦੇ ਇੰਨੇ ਬ੍ਰਹਮ ਗਿਆਨੀ ਹੋਏ ਨੇ ਉੱਥੇ ਜਿਹੜੀਆਂ ਪੌੜੀਆਂ ਨੇ ਇੱਕ ਪੌੜੀ ਦੇ ਵਿੱਚ ਲਾਸਟ ਆਉਂਦਾ ਡੱਲੇ ਵਾਸੀ ਸੰਗਤ ਭਾਰੀ ਅਤੇ ਇਹ ਡੱਲੇ ਵਾਸੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਦਿਖਾ ਵੀ ਦਿੱਤਾ ਵੀ ਅਸੀਂ ਸੱਚ ਨਾਲ ਖੜ੍ਹੇ ਹਾਂ ਜਿਹੜਾ ਜ਼ੁਲਮ ਹੋਇਆ ਜਿਹੜਾ ਪਾਪ ਹੋਇਆ ਸ਼ਾਇਦ ਉਹ ਅੱਜ ਬੰਦਾ ਜੇਲ੍ਹ ਵਿੱਚ ਨਾ ਜਾਂਦਾ ਸ਼ਾਇਦ ਉਹਦੇ 'ਤੇ ਪਰਚਾ ਵੀ ਨਾ ਹੁੰਦਾ ਕਿਉਂਕਿ ਪੈਸੇ ਵਾਲਾ ਸੀ ਇੱਥੇ ਕਾਨੂੰਨ ਦੋਹਰੇ ਮਾਪਦੰਡ ਨੇ ਔਰ ਇੱਕ ਹੋਰ ਵੀ ਹੈ ਬੇਨਤੀ ਸਾਡੀ ਆਵਾਮ ਜਦੋਂ ਲੋਕਾਂ ਦੀ ਕਚਹਿਰੀ ਵਿੱਚ ਗੱਲ ਜਾਂਦੀ ਹੈ ਨਾ ਫਿਰ ਲੋਕ ਫੈਸਲਾ ਕਰਦੇ ਨੇ ਵੀ ਸੱਚ ਕੀ ਹੈ ਅਤੇ ਝੂਠ ਕੀ ਹੈ ਆ ਜਿਹੜੇ ਤੁਹਾਡੇ ਚੈਨਲ ਤੋਂ ਸੁਣ ਕੇ ਕਮੈਂਟ ਆਉਂਦੇ ਨੇ ਉਹਨਾਂ 'ਤੇ ਪਤਾ ਲੱਗ ਜਾਂਦਾ ਵੀ ਸੱਚ ਕੀ ਹੈ ਅਤੇ ਝੂਠ ਕੀ ਹੈ ਮੈਂ ਉਸ ਭੈਣ ਨੂੰ ਵੀ ਸ਼ਾਬਾਸ਼ੇ ਦੇਣੀ ਚਾਹੁੰਦਾ ਹਾਂ
सरूप सिंह की सकी भैन होण करके भी अपने भरा नाल झूठ नाल जुल्म नाल पाप नाल नहीं खड़ी वो सच नाल खड़ी है सच नाल खड़ी वो आई उन्हें पिंड नूं सुचेत किया भी तुहाडे पिंड विच कतल हो गया तो फिर सारे मतलब पिंड ने रल के इकट्ठे हो के मतलब ये चुकिया मुद्दा नहीं तो तुहानूं पता ही है भी इत्थे जिहड़े कानून ने पैसे दे ने पैसे नाल कुछ भी हो सकता पर फिर भी साडा इलाका पिंड जिहड़ा ये डल्ला साहिब तो ये सारा नाल उन्होंने लोगों के जिन्हों ने मतलब ये जो कुछ जुल्म होया वा ये खिलाफ आवाज़ उठाई तो गवाह बने ने भी उन्हों सख्त तो सख्त सज़ा मिलनी चाहिए है पर फिर भी मैं एक बेनती करा भी मतलब कानूनी प्रक्रिया के हेरफेर हो सकती है पर साढ़े वास्ते सर्वोच्च अदालत श्री अकाल तख्त साहब है असी ये मंग भी करते हाँ और ढाडी जमात समुची जी ढाडी जमात है श्रेणी है इस गल की बहुत ज़्यादा मतलब निंदा करती है भी जो उन्हें पाप किया है साडा वो किसी का कोई संबंध नहीं रह गया तो जिहड़ा रखेगा फिर वो आप जिम्मेवार होगा भी असी तो यह भी मंग रखांगे भी अकाल तख्त साहब तो अं जथेदार मिलांगे भी अकाल तख्त साहब का जथेदार योजा कुड़ी मारनू जिन्हें ढाडी कला जी वाहगुरु की बख्शिश कला है छेवें पातशाह ने इन्ना मान तो सन्मान दिता इस कला इस कला कलंकित करने वास्ते जिहड़ा उन्हें एक कदम चुकया घिनौना जो उन्हें पाप किया तो बेनती होगी साडी जथेदार साहब उन्होंने भी वो मतलब इनू अकाल तख्त साहब तो असी वरसाए हाँ ढाडी तो ये मतलब एक सरंगी मास्टर हो के ढाडी जथे जिन्हें इदा का पाप किया भी उन्हों पंथ दे विचों छेकिया जाए कि आने वाले समय के भी उन्होंने नसीहत हो मतलब ई बाहर भी आ जाता पैसे दे जोर ते मन लिया जाए जे होना तो नहीं पाप तो पाप ही है ना चंदू ने किया तो गुरु हरगोबिंद पातशाह दे कोल फिर चंदू मतलब डिग के गड़गड़ाहट के कहिंदा सी मेरे गुनाह माफ़ कर दिओ तो गुरु हरगोबिंद पातशाह ने कहा सी भी गुनाह नहीं है ये गलती नहीं है ये भुल भी नहीं जो तू कीता है इहदी सज़ा जिहड़ी पाप आ इहदी सज़ा इत्थे भी मिलेगी तो परलोक भी अजे उत्थे भी जाके मिलेगी बिल्कुल तो जिवें तुसीं गल कीती है जी गल तुसीं इह कीती है भी श्री अकाल तख्त साहिब तो भी तुसीं मंग करदे हो क्योंकि तुसीं उत्थे दे बरसाए होए ढाडी सिंह हो तो मतलब कि उन्होंने पंथ चो छेकिया जाए तो लगता भी जिमें तुम दोहरे मापदंड कानून के कहा तो दोष तो यह भी लग रहे हैं भी श्री अकाल तख्त साहब तो भी बहुत लोगों के उत्ते दोष कुड़ी मारते लगे ने पर उहदे ने जहाँ उन्होंने उत्ते भी कार्रवाई नहीं हुई तो फिर जे कानून तो भरोसा नहीं श्री अकाल तख्त साहब तो जथेदार साहब तो भरोसा है जी देखो जी मैं पहला बेनती कर ये तुम भी जानते हो जी सिख आवाम सारा जानता जी बाहर विदेशों में बैठे हुए सिख जड़े ने कौम ते पंथ की चढ़ती कला वास्ते जिन्ह ने संघर्ष किया भी है तो कर भी रहे ने जिन्ह के परिवारों के जी जड़े आ परिवारों के परिवार भी शहीद हो गए उन्होंने इतों कोई इंसाफ नहीं मिलिया ये घटनाक्रम मैं इस नज़रिए देखदा कि जो कुछ पहला आप देख रहे हैं भी सानू सिखा इंसाफ नहीं मिलता जो बंदा कोई पैसे के जोर पर इधर उधर सब कुछ हो जाता साडे वास्ते सर्वोच्च अदालत जिहड़ी अकाल तख्त साहिब असी समर्पित रहांगे उत्थे कोई शख्सियत जथेदार के रूप में कोई इधर उधर जां दूजी दा तीजी सानू उहदे नाल नहीं असी अकाल तख्त साहिब नूं समर्पित हो के ये मंग रख रहे हाँ भई उहनूं पंथ दे विचों छेकिया जाए तो जदों उहनूं पंथ विचों छेकिया जाएगा उत्थे मतलब उहदी अंदर आत्मा जिहड़ी तां पहलां ही हुण पता नहीं की उह सोच रहा होगा भी उहनूं लानत पा रही होगी भी तूं इंसान तो रह ही नहीं गया बंदा जदों पाप करन दी सोचदा इंसानियत उहदे विचों खत्म हो जाती फिर उहदा कोई हुण उहदे घर दे परिवार दे जी उहदी धी जिहड़ी आ उह कहिंदी वी बाप कहण ते मैनूं शर्म आउंदी आ ते साडा ते उहदे नाल कोई संबंध ही ना रह गया ना तो सिंह साहब जी एक होर गल आ जिवें तुसीं कहा भी हुण तुसीं श्री अकाल तख्त साहिब जाओगे मंग करोगे पर एक अफसोस की गल नहीं है जी भी सानू मंग करनी पै रही है यार जिहड़े गुरुआं ने कहा सी भी जिहड़ा कुड़ी मार है उहदे नाल साडा कोई संबंध नहीं है तो ये तो जदों खबर ये थोड़ी है जी भी ये गुप्त रही सी खबर किन्ने मीडिया चैनलों ने तो ये अपने आप नहीं उत्थों जी एक जिक्र होना चाहिए भाई सरूप सिंह नाँ का बंदा है अमृतधारी सी उन्हें अपनी कुड़ी मारी प्रूफ हो गया परचा 302 का हो गया तो ये तो उत्थों हुक्म अपने आप सुनाए जाने चाहिए सी तो सानू मंगा करनिया पै रही जी बिल्कुल भाई जगदीप सिंह जी ये गल तुहाडी बिल्कुल ठीक है भई ये जिहड़ी खबर आ हर एक पंजाबी तक पहुँची है जी पंजाबी नहीं मेरे ख्याल होर भी लोग जिहड़े पंजाबी लोग चैनल नाल बाकी कम्यूनिटी के लोग जुड़े होणगे उन्हां लोकां तक भी ये खबर पहुँची है जी सारयां तक पहुँची पहुँची करके असीं तुहाडे कोल दुबारा आए हाँ नाले उस डल्ले पिंड की इतिहासक महत्ता इत्थे मैं बेनती करदा हां भी उस डल्ले पिंड दे विच उह सरूप सिंह ही सरंगी वजाउण वाला नहीं होर भी ढाडी वीर है जिहड़े समर्पित ने
ते जेड़े मतलब जिन्हां ने वध चढ़ के यतन भी किया भी इनू बंदे ने मतलब इस किते नू बदनाम करन वास्ते ये ढाडी शब्द नू ढा लाई है, पवित्र शब्द है, बाणी विच आया ते पवित्र ही रहेगा। ढाडी शब्द पवित्र है ते कुछ किहो जिहे लोग हुंदे ने जिहड़े मतलब ढा लाउंदे ने, पर गुरबाणी जिहड़ी है ये ते तुहानू पता अकाल पुरख वाहिगुरू दा स्वरूप है। ते आपां जिहड़ी गल कर रहे सी तुसीं जथेदार साहब की गल की जां अकाल तख्त साहब की गल की है, ये आपां नू सारयां नू पता है भी ये जिहड़ी खबर जिहड़ी पहुँची सारयां तक पहुँची है ते ये सानू मंग करन दी लोड़ ना पैंदी। जे जथेदार साहब उस वेले जदों उन्हूं पता लग गया सच्चाई सब कुछ पता लग गया भी इहो जिहा नूं ये जरूरी नहीं हुंदा भी असीं मीटिंगां करिए ते मीटिंगां विच करके फिर फैसला, जदों जथेदार आ वो अपने आप दे विच जो रवायत है तुरी आ रही अकाली फूला सिंह तो लैके जां पिछों भाई गुरदास जी तो मन्निया जा रहा ते उन्हूं अपने आप चाहीदा सीगा भी कुड़ी मार ते नड़ी मार नाल कोई संबंध नहीं, सिख दा होना चाहीदा, गुरू दा हुक्म आ ते फिर किन्ना चंगा हुंदा भी उन्हूं पंथ दे विचों छेकण दी गल करदे। जी जतेंद्र सिंह नूरपुरी जी, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ? ਹੁਣ ਤੁਸੀਂ ਢਾਡੀ ਪ੍ਰਚਾਰਕ ਆਇਓ, ਮੈਨੂੰ ਵੀ ਬਹੁਤ ਫੋਨ ਆ ਰਿਹਾ। ਕਈ ਵਾਰ ਇਹ ਹੁੰਦਾ ਜੀ ਜਿਸ ਕਿੱਤੇ ਦੇ ਵਿੱਚ ਮੰਨ ਲਓ ਮੈਂ ਇੱਕ ਪੱਤਰਕਾਰੀ ਦੇ ਵਿੱਚ ਮੇਰਾ ਨਾਂ ਹੋ ਗਿਆ ਜਾਂ ਚਲੋ ਪਰਮਾਤਮਾ ਦੀ ਕਿਰਪਾ ਦੇ ਨਾਲ ਕੁਛ ਜਾਂ ਕਿਸੇ ਹੋਰ ਬੰਦੇ ਦਾ, ਕਈ ਵਾਰ ਹੁੰਦਾ ਵੀ ਮੈਂ ਚਾਹੁੰਦਾ ਵੀ ਯਾਰ ਉਹ ਮੇਰੇ ਤੋਂ ਉੱਪਰ ਨੂੰ ਜਾ ਰਿਹਾ ਵੀ ਉਹ ਤੋਂ ਗਲਤੀ ਹੋ ਗਈ, ਉਹਦੀ ਗਲਤੀ ਕੋਈ ਬੰਦਾ ਹੁੰਦਾ ਦਬਾਉਂਦਾ ਹੁੰਦਾ, ਅਤੇ ਜਿਹੜੇ ਉਸੇ ਕਿੱਤੇ ਦੇ ਵਿੱਚ ਹੁੰਦੇ ਉਹ ਕਹਿੰਦੇ ਵੀ ਯਾਰ ਵਧੀਆ ਹੁਣ ਤਾਂ ਇਹਨੂੰ ਅੰਦਰ ਦਾਖਲ ਨਹੀਂ ਆਉਣ ਦੇਣਾ, ਹੁਣ ਤਾਂ ਇਹਨੂੰ ਪਿੱਛੇ ਹੀ ਕਰਾਂਗੇ। ਇਹ ਕਿੱਤੇ ਦਾ ਵੈਰ ਵਿਰੋਧ ਤਾਂ ਨਹੀਂ ਹੈ ਜੀ ਮਤਲਬ ਕਿ ਤੁਸੀਂ? ਨਹੀਂ, ਐਸਾ ਕੁਛ ਨਹੀਂ ਜੀ। ਪਹਿਲਾਂ ਤਾਂ ਢਾਡੀ ਸ਼ਬਦ ਨੂੰ ਕਲੀਅਰ ਕਰ ਲੈਣਾ ਚਾਹੀਦਾ, ਬਹੁਤ ਪਵਿੱਤਰ ਸ਼ਬਦ ਹੈ ਜੀ। ਜਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਨੇ ਆਪਣੇ ਆਪ ਲਈ ਵਰਤਿਆ ਹੋਵੇ ਜੀ, ਉਹ ਸ਼ਬਦ ਅਪਵਿੱਤਰ ਨਹੀਂ ਹੋ ਸਕਦਾ, ਮਾੜਾ ਨਹੀਂ ਹੋ ਸਕਦਾ। ਹਾਂਜੀ, ਢਾਡੀ ਸ਼ਬਦ ਬੜਾ ਪਵਿੱਤਰ ਹੈ। ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਨੇ, ਗੁਰੂ ਰਾਮਦਾਸ ਮਹਾਰਾਜ ਨੇ ਅਤੇ ਗੁਰੂ ਅਰਜਨ ਸਾਹਿਬ ਨੇ ਵੀ ਆਪਣੇ ਆਪ ਲਈ ਵਰਤਿਆ। ਇੱਕ ਜਗ੍ਹਾ ਆਪਾਂ ਕਬੀਰ ਜੀ ਦੀ ਬਾਣੀ ਵਿੱਚ ਵੀ ਆਉਂਦਾ ਜੀ, ਵੱਖ ਵੱਖ ਥਾਵਾਂ 'ਤੇ ਇਹ ਢਾਡੀ ਸ਼ਬਦ ਵਰਤਿਆ ਗਿਆ। ਢਾਡੀ ਦਾ ਅਰਥ ਹੈ ਅਸਲ ਵਿੱਚ ਸਿਫਤ ਗਾਉਣ ਵਾਲਾ ਜੀ, ਪਰਮਾਤਮਾ ਦੀ ਸਿਫਤ ਗਾਉਣ ਵਾਲਾ। ਉਸ ਤੋਂ ਬਾਅਦ ਰਾਜਪੂਤਾਨੇ ਦੇ ਵਿੱਚੋਂ ਇਹ ਜਿਹੜੀ ਕਲਾ ਪੰਜਾਬ ਦੇ ਵਿੱਚ ਆਈ, ਰਾਜਪੂਤ ਰਾਜੇ ਜਿਹੜੇ ਸਨ ਉਹ ਭੱਟ ਰੱਖਦੇ ਸਨ ਜੀ, ਭੱਟ ਦੋ ਕੰਮ ਆਉਂਦੇ ਸਨ। ਜਦ ਉਹ ਛੋਟੀਆਂ ਛੋਟੀਆਂ ਰਿਆਸਤਾਂ ਇੱਕ ਦੂਜੇ 'ਤੇ ਚੜ੍ਹਾਈ ਕਰਦੀਆਂ ਸਨ ਜੀ, ਜੇ ਤਾਂ ਇੱਕ ਰਾਜਾ ਹਾਰ ਜਾਂਦਾ ਸੀ ਫਿਰ ਉਹਨੂੰ ਲਾਹਨਤਾਂ ਦੇ ਰੂਪ ਵਿੱਚ, ਕਵਿਤਾ ਦੇ ਰੂਪ ਵਿੱਚ ਲਾਹਨਤਾਂ ਪਾਈਆਂ ਜਾਂਦੀਆਂ ਸਨ ਜੀ, ਅਤੇ ਉਹਦੇ ਪਿਓ ਦਾਦਿਆਂ ਦੇ ਕਰਨੀ ਨਾਮੇ ਉਹਦੇ ਸਾਹਮਣੇ ਰੱਖੇ ਜਾਂਦੇ ਸਨ। ਜੇ ਉਹ ਜਿੱਤ ਜਾਂਦਾ ਸੀ ਉਹਦੀ ਤਾਰੀਫ ਦੇ ਕਸੀਦੇ ਪੜ੍ਹੇ ਜਾਂਦੇ ਸਨ। ਉਹ ਭੱਟ ਪੰਜਾਬ ਵਿੱਚ ਆਏ, ਪੰਜਾਬ ਵਿੱਚ ਛੇਵੇਂ ਪਾਤਸ਼ਾਹ ਨੇ ਇਸ ਕਲਾ ਨੂੰ ਗੁਰੂ ਦਰ 'ਤੇ ਪ੍ਰਵਾਨ ਕੀਤਾ ਜੀ, ਠੀਕ ਹੈ ਜੀ। ਉਸ ਤੋਂ ਉਸ ਸਮੇਂ ਦੋ ਢਾਡੀ ਸਨ ਜੀ, ਭਾਈ ਨੱਥਾ ਜੀ, ਅਬਦੁੱਲਾ ਜੀ, ਦਸਵੇਂ ਪਾਤਸ਼ਾਹ ਤੱਕ ਵੀ ਦੋ ਰਹੇ, ਮੀਰ ਮੁਸ਼ਕੀ ਅਤੇ ਸ਼ਬੀਲਾ ਜੀ। ਉਸ ਤੋਂ ਬਾਅਦ ਤਿੰਨ ਹੋ ਗਏ, ਤਕਰੀਬਨ 1950 ਦੇ ਨੇੜੇ ਤੇੜੇ ਚਾਰ ਹੋ ਗਏ, ਅਤੇ ਅੱਜ ਕੱਲ੍ਹ ਪੰਜ ਵੀ ਨੇ ਜੀ। ਇਹਦੇ ਵਿੱਚ ਜਿਵੇਂ ਗਿਆਨੀ ਫੌਜਾ ਸਿੰਘ ਹੁਣਾਂ ਨੇ ਦੱਸਿਆ ਜੀ, ਵਾਰਸ ਜੀ ਨੇ ਵੀ ਦੱਸਿਆ ਵੀ ਵੱਖ ਵੱਖ ਪਰਫੋਰਮੈਂਸ ਹੈ ਚਾਰ ਬੰਦਿਆਂ ਦੀ। ਇੱਕ ਟੀਮ ਹੈ, ਇੱਕ ਪ੍ਰਚਾਰਕ ਜੀ, ਇੱਕ ਸਰੰਗੀ ਵਾਦਕ ਅਤੇ ਦੋ ਢਾਡੀ ਜੀ। ਅਸਲ ਦੇ ਵਿੱਚ ਜਿਹੜਾ ਤੁਸੀਂ ਸਵਾਲ ਕੀਤਾ ਵੀ ਕਿਤੇ ਇਸ ਕਿੱਤੇ ਦੇ ਵਿੱਚ ਹੋਣ ਕਰਕੇ ਵਿਰੋਧ ਤਾਂ ਨਹੀਂ ਹੋ ਰਿਹਾ ਜੀ, ਬਿਲਕੁਲ ਐਸਾ ਨਹੀਂ। ਜੇ ਅਸੀਂ ਸਮਾਜਿਕ ਨਜ਼ਰੀਏ ਤੋਂ ਵੀ ਵੇਖੀਏ, ਉਹ ਸਰੂਪ ਸਿੰਘ ਨੇ ਕੰਮ ਹੀ ਐਸਾ ਕੀਤਾ ਵੀ ਜਿਹੜਾ ਕਿਸੇ ਨੂੰ ਵੀ ਪ੍ਰਵਾਨ ਨਹੀਂ। ਅਸੀਂ ਤਾਂ ਚਲੋ ਮੰਨ ਲਓ ਤੁਸੀਂ ਇਹ ਕਹਿਤਾ ਵੀ ਢਾਡੀ ਹੋਣ ਦੇ ਕਰਕੇ ਵਿਰੋਧ ਕਰਦੇ ਹਾਂ, ਆਮ ਕਿਸੇ ਉਸ ਇਲਾਕੇ ਦੇ ਵਿੱਚ ਜਾ ਕੇ ਤੁਸੀਂ ਪੁੱਛਿਆ, ਤੁਸੀਂ ਗਏ ਵੀ ਉਹ ਇੰਟਰਵਿਊ ਕੀਤੀ ਹੈ, ਪਿੰਡ ਦੇ ਵਿੱਚ ਵੀ ਗਏ ਹੋਵੋਗੇ, ਤੁਸੀਂ ਪਿੰਡ ਦੇ ਕਿਸੇ ਬਾਸ਼ਿੰਦੇ ਨੂੰ ਪੁੱਛ ਲਵੋ ਜੀ ਵੀ ਉਹਨੇ ਜੋ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ, ਤੁਹਾਨੂੰ ਹਰ ਕੋਈ ਆਖੇਗਾ ਵੀ ਗਲਤ ਕੀਤਾ। ਬਹੁਤ ਘਿਨਾਉਣਾ ਤਾਂ ਗਲਤ ਹੈ, ਮਤਲਬ ਕਿ ਗਲਤ ਨੂੰ ਹੀ ਗਲਤ ਕਹਿ ਰਹੇ ਹੋ, ਗਲਤ ਨੂੰ ਗਲਤ ਕਹਿ ਰਹੇ ਹਾਂ ਜਾਂ ਕਿਤੇ ਦੀ ਰੰਜਿਸ਼ ਤਾਂ ਹੀ ਕੁਛ, ਐਸਾ ਕੁਛ ਨਹੀਂ ਕੋਈ ਵੀ। ਉਹਦਾ ਤਖੱਲਸ ਸੀ ਸਾਗਰ ਜੀ, ਇਹ ਵੀ ਇੱਕ ਗੱਲ ਚੱਲ ਰਹੀ ਆ, ਕਿਉਂਕਿ ਮੈਨੂੰ ਵੀ ਕੁਝ ਫੋਨ ਆਏ ਵੀ ਫੌਜਾ ਸਿੰਘ ਦਾ ਭਰਾ ਸੀ ਜਾਂ ਫੌਜਾ ਸਿੰਘ ਦਾ ਪਰਿਵਾਰ ਦੇ ਵਿੱਚੋਂ ਸੀ ਕੋਈ, ਉਹਨਾਂ ਦਾ ਆਪਸੀ ਸੰਬੰਧ ਸੀ, ਮੈਨੂੰ ਵੀ ਫੋਨ ਆਏ, ਇਸ ਕਰਕੇ ਮੈਂ ਇਹਨਾਂ ਨਾਲ ਵੀ ਗੱਲਬਾਤ ਕੀਤੀ। ਅਤੇ ਅਸਲ ਦੇ ਵਿੱਚ ਜਿਹੜਾ ਸਾਗਰ ਆਪਾਂ ਸਮੁੰਦਰ ਨੂੰ ਕਹਿੰਦੇ ਹਾਂ ਜੀ, ਉਹਦੀ ਬੜੀ ਵਿਸ਼ਾਲਤਾ ਹੁੰਦੀ, ਬੜੀ ਡੂੰਘਾਈ ਹੁੰਦੀ ਹੈ ਜੀ। ਅਤੇ ਦੂਸਰਾ, ਉਹ ਬੰਦਾ ਸੰਗੀਤ ਦੇ ਨਾਲ ਜੁੜਿਆ ਸੀ, ਸੰਗੀਤ ਨਾਲ ਜੁੜੇ ਹੋਏ ਬੰਦੇ ਦਾ ਹਿਰਦਾ ਬੜਾ ਕੋਮਲ ਹੁੰਦਾ ਹੈ। ਮੈਂ ਇਹ ਕਹਿੰਦਾ ਵੀ ਨਾ ਤਾਂ ਉਹ ਸਾਗਰ ਸੀ ਅਤੇ ਨਾ ਹੀ ਉਹ ਅੰਦਰੋਂ ਸੰਗੀਤ ਦੇ ਨਾਲ ਜੁੜਿਆ ਹੋਇਆ ਸੀ। ਜੇ ਉਹ ਸਾਗਰ ਹੁੰਦਾ, ਜੇ ਬੇਸ਼ੱਕ ਬੱਚੇ ਗਲਤੀਆਂ ਕਰਦੇ ਉਹਨਾਂ ਦੀਆਂ ਗਲਤੀਆਂ ਨੂੰ ਅੱਖੋਂ ਪਰੋਖੇ ਕਰ ਦਿੰਦਾ ਜੀ, ਜੇ ਉਹ ਸੰਗੀਤ ਦੇ ਨਾਲ ਵੀ ਅੰਦਰੋਂ ਜੁੜਿਆ ਹੁੰਦਾ ਤਾਂ ਜੋ ਉਹਨੇ ਘਿਨਾਉਣਾ ਕਰਮ ਕੀਤਾ ਉਹ ਕਦੇ ਨਾ ਕਰਦਾ, ਕਿਉਂਕਿ ਸੰਗੀਤ ਤਾਂ ਕੋਮਲਤਾ ਬਖਸ਼ਦਾ ਸਾਨੂੰ ਜੀ, ਅੰਦਰ ਨੂੰ ਨਰਮ ਬਣਾਉਂਦਾ ਸੰਗੀਤ, ਜਦੋਂ ਵੀ ਬੰਦਾ ਮਨ ਕਰਕੇ ਸੰਗੀਤ ਦੇ ਨਾਲ ਜੁੜਦਾ ਉਹ ਜੁੜਿਆ ਹੋਇਆ ਨਹੀਂ ਸੀ। ਅਤੇ ਉਹਨੇ ਜੋ ਕੁਝ ਵੀ ਕੀਤਾ ਉਹ ਗਲਤ ਕੀਤਾ, ਅਸੀਂ ਤਾਂ ਸਿਰਫ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਨਾ ਤਾਂ ਉਹ ਢਾਡੀ ਸੀ ਨਾ ਪ੍ਰਚਾਰਕ ਸੀ, ਹਾਂ
किसी ढाडी जत्थे दे विच सरंगी जरूर वजाउंदा सी, पर सरंगी वजाउण दे नालों भी वह सरंगी बनाउण दा किता ज़्यादा अपनाउंदा सी। जी जी, कई बहुत मशहूर प्रचारक होए ने, मैं नाँ नहीं लेना चाहता क्योंकि उन्होंने भी लगेगा भी यार चलो साड़ी है ना, बहुत मशहूर है उन्होंने पिछे मैं देखा सरंगी बजा रहे सी। फिर कि असी ये मनीए जी भी साढ़े बहुत फेमस जिहड़े प्रचारक ने वो साढ़े अंदर अजिही पिरत पाउण दे काबिल अजे नहीं होए, बेशक उन्होंने नाँ है भी असी जे क्योंकि कुड़ी मार दी जां दाज प्रथा दी आम ढाडी प्रचारक गल्लां करदे आ जी, तो उ जिन्हों के पिछे खड़ के सरंगी बजाते जी, मतलब के सरूप सिंह, चलो सरूप सिंह मैं तो रारे नूं दलैंकड़ जिहड़ी मोहरे ला दिंदा पप्पा कट के सूर कह लैंदे आपां, सूर गंद खांदा सी जी उस तरह का, तो उहदे दे उत्ते असर नहीं होया जी, सूर दे उत्ते कोई असर नहीं होया जी, पिछे सरंगी बजाउंदा सी ते इन्ने वधिया प्रचारक नाम, तो आपां नूं इह मन्नणा पऊगा भी साडे प्रचारक काबिल नहीं होए। बिल्कुल जायजा तुहाडा शब्द, पहला तो तुसीं आप ही वरत्या जिहड़ा सूर शब्द वरत्या जी, सूर नूं किसे ने आख्या भी तैनू मैं बाग दे विच छड्डणा, तू रूड़ियां ते घुमदा नालियां च मूँह मारदा, तैनू मैं एक बाग दे विच छड्डणा जिथे तैनू फल फ्रूट मिलेगा, चंगे फुल पौधे होणगे, तेरी देखभाल होवेगी। तो उहदा जिहड़ा पहला सवाल सी सूर दा, उह कहिंदा भी उत्थे गंदगी मिलेगी, कूड़ा मिलेगा, सूर पहलां तां गंदगी दे विच ही मूँह मरेगा जी। हुण साडे नाल तीन बंदे खड़दे ने, जरूरी नहीं भी तिन्हां दी सोच ते विचार जिहड़ी है उह प्रचारक दे नाल मिलदी होवे। साडा जिहड़ा प्रोग्राम है वह घंटे का दो घंटे का, गड्डी विच जांदियां किते दो घंटे लग गए किते चार घंटे लग गए, इन्ना संबंध है। उस तो बाद सरंगी मास्टर अपने घरे, ढाडी अपने घरे ते प्रचारक अपने घरे। उस तो बाद उहने की कीता, ना तो प्रचारक नूं पता, ना सरंगी मास्टर अपने नाल दे ढाडियां नूं पता, ये किसी नूं नहीं पता। तुसीं अज उस पिंड विच जां इलाके विच असीं तिन्ने प्रचारक खलोते हाँ, सानूं तिन्हां नूं नहीं पता भी वह किहड़े जत्थे दे विच अपना रोल अदा कर रहा सी। ठीक है, समय से पता नहीं सी जां हुण कैमरे ते कह भी नहीं नहीं, बिल्कुल सच्चाई है। तुसीं आख्या भी हाँ किसी प्रसिद्ध ढाडी दे नाल भी रहा, उहदा एक कारण है, कुछ साल पहलां अमेरिका ने 10-10 साल दे वीज़े दे दिते, कनेडा ने भी दे दिते। जदों उह वीज़े दिते, हो सकदा मेरा वीज़ा लग गया, मेरे साथियों का नहीं लगा, फिर मैनू साथियों की लोड़ लगी, मैं देखा भी उहदा वीज़ा लगा, सरंगी मास्टर उन्होंने फड़ लवो, दो ढाडियां का लगा उन्होंने फड़ लो, अपना जथा पूरा किया। क्योंकि बहुत आत बाहरलियां स्टेजा पर की होंगे भी जिहो जिहा प्रचारक चला गया उन्होंने स्टेज पर मिल ही जानी, उत्थे बहुत आत ही होंगे, उत्थे बहुत घट गिणती दे विच बंदे ऐसे होंगे, ये भी नहीं होंगे परख करन वाले, परख करन वाले होंगे, गोल्ड मैडल भी सानू उही पाउंदे ने उत्थे वाले परख करन वाले होंगे ने, पर जिहड़ा जथा चला गया उत्थों कदे खाली नहीं मुड़दा। जे उहदे सामने मन लो सागर साहब है, सागर साहब के जथे की पछाण है दुनिया के विच वी आ बंदे आ, जे कल नूं किसे होर बंदे नूं भी स्टेज उत्ते किसी इन्हां दे साथी नूं काम पै गया लै गया, किसी ने यह नहीं कहना भी वह फलाना बंदा नहीं आया, उन्होंने सागर साहब नूं बुलाया, वारस साहब नूं बुलाया जां नूरपुरी नूं बुलाया, ठीक है, बहुत आत ऐसा हुंदा। इस करके इस तरह की कोई गल नहीं, जद भी ये वीज़े लगे ने, हो सकता कई जथियां दे विच उन्होंने ट्रैवल किया होवे, बाहरले देशों के टूर लाए होण, ते उह किहड़े किहड़े जथे नाल लाए ने उहदे नाल इहदा मतलब कोई नहीं, क्योंकि उन्ना चिर साथ निभदा जिन्ना चिर असीं स्टेज पर खलोते हाँ। जे बंदा स्टेज पर खलोतिया भी साडी गल नूं नहीं सुन रहा, तो इहदा अर्थ है भी वह तो सिर्फ पैसे कमाउण गया, वह साडी गल नूं ग्रहण करन वास्ते नहीं गया। क्योंकि स्टेजां दे उत्ते जदों आम तौर पर प्रचारक कोई तुक बोलता जी भी क्यों मार दे तियां लोको, कुछ तो समझो कुछ तो सोचो, फिर सरंगी वादक जां ढड बजाउण वाला वाह वाह ओए सागरा वाह ओए वारसा जां वाह नूरपुरी एवें करदे, मतलब कि सिर्फ बोलते ही है जी, जां सिर्फ बई तुसीं बोलना भाई अंदर चाहे सच ना हो जी। एक गल मैं होर तुहाडे नाल करनी चाहुंदा भी, एक मझ लिबड़ी होवे कई बार सारिआं नूं लवेड़ दिंदी है। हाँ जी, छोटे हुंदा कहानी पढ़ते हुंदे सी भी एक सेबां की पेटी के एक गलिया सेब रख दिता, उन्हें सारे गल दते। हकीकत असल यही हुण बनी हुई है, एक बंदे ने आ काम किया उंगली कई बार सारियां दे उत्ते ही उठती है जी। मैं पहला तुहानूं आख्या भी जरूरी नहीं भी वह घर जाके बंदा की करता, असीं उहनूं नहीं वेखदे, प्रचारक उहदे नाल प्रचारक एक गल बहुत उहदे नाल कहिंदे भी सोचो समझो, अज दा जो हालात ने जो सिखां दे नाल हो रहे ने बहरूपीए आ गए ने, सानूं समझण दी लोड़ है, सानूं सुचेत रहण दी लोड़ है, ते प्रचारक तां आप भी नहीं सुचेत रहे जी, असीं समझ नहीं सके जी उस सूर नूं भी ये गंद खाण वाली जात है जी, ये सिर्फ पैसा रूपी गंद खाँदा, ते वड्डा विद्वान जिहड़ा एक गल करदा भी सिखो सिख कौम नूं जागण दी लोड़ है, ते उह प्रचारक तां मैं कहिंदा फिर सुत्ता ही रहा जी। मैं अज तुहानूं फस्ट टाइम मिलिया जी, तुसीं मैनूं
इन्होंने तुम्हें दसिया प्रचारक है, मैं प्रवान कर लिया जी। मेरे अंदर की आ जा मेरा परिवारक रिलेशन की आ अपने परिवार के नाल तुसी नहीं जानते। बहुत आत ऐसा होंगे स्टेजा पर सानू प्रवान कर लिया जाता साडा अपने परिवार नाल अपने जत्थे दे विच की साडी कंसर अपने किसी तरह का कोई ऐसा तो नहीं चल रहा भी खटपटी चल रही है, वो कोई नहीं जानता असी उत्थे चल रहे हैं। तुसी कह रहे भी हाँ प्रचारक आ कुछ कहिंदे आ आ कुछ करदे आ, उन्हें गलत काम किया इस करके तो असी मंग कर रहे हैं अकाल तख्त साहब तो भी फैसला तुरंत लेना चाहिए। जिवें तुसी भी कह रहे सी भी जथेदार साहब नूं आप ही कर देना चाहिए सी। वाकई ये गल मनन योग है भी जे जथेदार साहब ने किसी चैनल तो वीडियो देखी सी तो जथेदार साहब नूं तो हुण तक फैसला सुना देना चाहिए सी। पर क्यों सुना देना चाहिए सी? क्योंकि उस बंदे ने गलत काम किया। तो तुसी इस चीज़ नूं किवें वेखदे भी लोग कहिंदे इहनूं चौराहे च खड़ा के जे बंदे ने पुट्ठा टंग के मौत दे घाट वह औरत नूं भी ते सागर नूं भी सूर नूं ते तुसी किवें चाहो इह मंग करदे हो जी? तुसी बिल्कुल मंग करदा जी। हकीकत दे विच जे इहो जिहियां सजावां साडी सरकार बनाएगी ते अपराध दी दर जिहड़ी घट जाएगी। क्योंकि बहुत सारे लोग ये कहेंगे भी तो जी एक लीडर वाग है जी सिर्फ अपना किता बचाने लिए इत्थे जां उहदे करके आए। मैं इस करके तो स्पष्ट मंग कर जे कोई इंसानियत अपने दिल दे विच रखदा जी इंसानियत रख के इस पूरे घटनाक्रम नूं वाचेगा जी तो वह बंदा ये गल नहीं आखेगा भी आपके किते नूं बचाउण दा यतन कर रहा है। हाँ कहण वाले ने तो बहुत कुछ कह देना भी ये चैनल दे कैमरे दे सामने खलो के वड्डियां वड्डियां गल्लां कर रहे हैं जदों आपदे ते पैंदी फिर कुछ हुंदा। पर उस बंदे ने मैं उहनूं बंदे नूं दो वार अपने जीवन दे विच मिलिया उहदे घर जाके जी दो तीन वार ठीक है जी। वह बंदे दा मिलन दा ढंग इहो जिहा सी भी तुसीं सोच नहीं सकदे भी ये बंदा एडा वड्डा अपराध कर सकदा। जिस दिन मैनूं पता लगा मेरा एक मित्र उहदे कोलों सरंगी बनाउण जांदा सी मैं उहनूं फोन कीता मैं कहा भी इदां इदां तूं आ देखी खबर कहिंदा मैनूं रात मिल गई तो मैं कहा भी तू इन्हां दिनां च कितें गया? वो कहिंदा मैं गया सी कहिंदा भाजी भी उहदे घर दा माहौल बिल्कुल बदल चुका सी जो माहौल पहलां सी वह नहीं सी। उहदा कारण कहिंदे बच्चों के चेहरे उत्ते वह खुशी नहीं सी बच्चे मौजूद सन उन्होंने सिर वाए हुए नहीं सन। पहली वाइफ उहदी कदे जे कोई उहनूं मिलन गया कदे आ के नहीं सी बैठदी कोल पर वह बंदे दे दसण मुताबक हुण वाली वाइफ बिल्कुल कोल कुर्सी डाह के बैठ जाती है तो इन्नियां गल्लां करदी आ इन्ना टाइम लगता इन्ने पैसे चाहिए यानी ये गल्लां इहदा मतलब किते ना किते ते उहदे घर दे विच कोई चेंज आई सी भी जिहड़ा बंदा आम भी वेखण वाला कह रहा भी बच्चों के नाल कोई दुरव्यवहार हो रहा। ज्ञानी फौजा सिंह सागर जी आपां सूर दीआं गल्लां करी जा रहे हैं पर आपां नूं गल नाल ओह मतरेई माँ का भी रोल मैं कहना देखना चाहिए कि उस मतरेई माँ ने उन्हां मावां नूं ठेस नहीं पहुँचाई जिहड़ियां फुल्लां वांगू अपने मतरेई बच्चों नूं पाल रही जी। बिल्कुल जगदीप भाजी तुसीं उदण भी ये गल कीती सी भी बहुत सारिया मतरेईयां मावां ऐसियां हैगियां ने जिन्हां ने मतलब ये जाणिया ही नहीं कदे भी ये बच्चे मेरी कुख तो नहीं जाए हुए जी उन्होंने एहसास ही नहीं होण दित्ता जिंदगी भर। तुसीं उदण ये गल कीती सी मैनूं एक दो कालां भी आईयां जी जी शायद तुहानूं याद होवे मैं सुणी है सारी जी ये बिल्कुल गल ठीक है पर पता नहीं बंदे ने कदों कित्थे किवें बदल जाणा। इस मतरेई माँ ने मतलब जो किया ये गल ठीक है तुहाडी भी कुछ उन्हां मतरेईयां मावां जिहड़ियां अज सुणदियां होणगियां जिन्हां ने मतलब कोई कमी नहीं रहिण दित्ती बच्चों की परवरिश विच भी कुख तो जिहदे मतलब जन्म लिया बच्चे ने वह माँ कदे याद ही ना आई होवे बच्चों जां भी जिन्ना प्यार दिता भी उन्हां नूं भी ये दुख पहुँचा भी इस कलयुग ही मतरेई माँ ने भी इदां दा पाप कर दिता इदां दा जुल्म कर दिता भी एक तो उन्हूं चेंज कर दिता बिल्कुल ही बदल गया जिवें तुसीं पहलां कहो वो बंदा जिहड़ा मतलब इदां सीगा ये हकीकत है भी पहलां मतलब जे उहदे शागिर्द ने तो कुछ देख के ही बने होणगे शागिर्द उहदी काबलीयत देख के बने होणगे शागिर्द किवें वह बंदा चेंज होया किवें ते रब जाणदा। हाँ जी पर एक मैं होर बेनती करनी चाहुंदा भी मैं इस करके भी आया भी सागर सागर जिहड़ा वा वो बार बार बोलिया जा रहा वा सरूप सिंह दे नाम नूं बदल के सूर किया बिल्कुल तुसी शब्द जिहड़ा तो मेरी एक बेनती है क्योंकि मैनू इस गल के करके भी थोड़ा जिहा हैगा भी जिहड़ा लोग कई वारी ना मतलब सारी वीडियो तो देखते नहीं सुनते नहीं सानू आदत भी नहीं भी असी भी सब कुछ सुन के फिर अपना कमेंट दईए भी गल घूख करके दईए कमेंट जिहड़ा वा एक बड़ी वड्डी मतलब तुहाडी गवाही हुंदी आ कमेंट एक बड़ी वड्डी गवाही हुंदी आ तुहाडी पर वह गवाही देनी किवें आ ये भी नहीं कई वारी असी सोचते। तो मैं इस करके तुहाडे सामने अज आया
ਵੀ ਉਹਦੇ ਨਾਂ ਨਾਲੋਂ ਜੇ ਤੁਸੀਂ ਉਹਦੇ ਨਾਂ ਨੂੰ ਮਤਲਬ ਸਰੂਪ ਨੂੰ ਸੂਰ ਕਰ ਦਿੱਤਾ ਤੇ ਸਾਗਰ ਵੀ ਮਤਲਬ ਜਿਹੜਾ ਉਹਦੇ ਨਾਂ ਨਾਲ ਨਹੀਂ ਰਹਿਣਾ ਚਾਹੀਦਾ। ਬਿਲਕੁਲ ਉਹਨੂੰ ਸਾਗਰ ਕਹਿ ਕੇ ਸੰਬੋਧਨ ਨਹੀਂ ਹੋਣਾ ਚਾਹੀਦਾ। ਇਹ ਮੇਰੇ ਤੇ ਵੀ ਮਤਲਬ ਅਟੈਕ ਹੋ ਰਿਹਾ ਨਾ, ਇੱਕ ਮੇਰੇ ਨਾਲ ਮੇਰੇ ਵਰਗੇ ਹੋਰ ਵੀ ਵੀਰ ਹੋਣਗੇ ਜਿਨ੍ਹਾਂ ਦੇ ਨਾਂ ਨਾਲ ਸਾਗਰ ਤਖੱਲਸ ਆ, ਲੋਕ ਉਹਨਾਂ ਨੂੰ ਵੀ ਕਹਿੰਦੇ ਹੋਣਗੇ। ਹਾਂਜੀ, ਮੈਂ ਪਹਿਲਾਂ ਬੇਨਤੀ ਕੀਤੀ ਵੀ ਤਖੱਲਸ ਸਾਡੇ ਜਿਹੜੇ ਆ ਸਾਡੇ ਕਿੱਤੇ ਦੇ ਵਿੱਚ ਬਹੁਤਿਆਂ ਦੇ ਮਿਲਦੇ ਜੁਲਦੇ ਹੁੰਦੇ ਨੇ। ਹਾਂਜੀ, ਇਸ ਕਰਕੇ ਜਿੱਦਾਂ ਵਾਰਸ ਭਾਅ ਜੀ ਦੇ ਵੀ ਇਹ ਵੀ ਤਖੱਲਸ ਹੈਗੇ ਨੇ, ਨੂਰ ਸਾਹਿਬ ਹੋਏ ਜਾਂ ਪਾਰਸ ਜੀ ਹੋਏ ਜਾਂ ਵੀਰ ਨੂਰਪੁਰੀ, ਇਹਨਾਂ ਨੇ ਪਿੰਡ ਦੇ ਨਾਂ 'ਤੇ ਰੱਖਿਆ ਹੋਇਆ ਵੀ ਕਈਆਂ ਦੇ ਪਿੰਡ ਦੇ ਨਾਂ 'ਤੇ ਹੁੰਦੇ ਆ। ਸੂਰ ਆਪਾਂ ਕਹਿ ਰਹੇ, ਇੱਕ ਸੂਰ ਦੇ ਨਾਂ ਨੂੰ ਵੀ ਉਹ ਠੇਸ ਪੁੱਜੂਗੀ, ਇਹ ਸੂਰ ਕਹਿ ਕੇ ਵੀ, ਕਿਉਂਕਿ ਸੂਰ ਵੀ ਗੰਦ ਖਾਂਦਾ, ਇਹ ਬੱਚੇ ਨਹੀਂ ਮਾਰਦਾ। ਬਿਲਕੁਲ ਬਿਲਕੁਲ, ਇਹ ਗੱਲ ਹਕੀਕਤ ਆ ਜਿਹੜੀ ਤੁਸੀਂ ਕਹੀ ਵੀ ਜਾਨਵਰ ਵੀ ਬੜੇ ਸਿਆਣੇ ਹੁੰਦੇ ਨੇ, ਕੋਈ ਵੀ ਜਾਨਵਰ ਆ ਜਾਨਵਰ ਸਿਆਣੇ ਹੁੰਦੇ ਨੇ। ਅਤੇ ਵਾਕਿਆ ਉਹਨੇ ਜੋ ਕੁਛ ਕੀਤਾ ਹੈ ਉਹ ਮਤਲਬ ਕਿਹੜੇ ਸ਼ਬਦ ਨਾਲ ਉਹਨੂੰ ਸੰਬੋਧਨ ਕੀਤਾ ਜਾਏ, ਉਹ ਸ਼ਬਦ ਸਾਡੀ ਮਤਲਬ ਸੋਚ ਵਿੱਚ ਹੀ ਨਹੀਂ ਆ ਰਿਹਾ ਵੀ ਮਤਲਬ ਉਹਨੂੰ ਕਿਹੜਾ ਸ਼ਬਦ, ਉਹ ਕਾਤਲ ਕਹੀਏ, ਦਰਿੰਦਾ ਕਹੀਏ, ਪਾਪੀ ਕਹੀਏ, ਜੁਰਮਾਨਾ ਕਹੀਏ, ਜਾਂ ਉਹਨੂੰ ਕੀ ਕਹੀਏ ਅਸੀਂ। ਭਾਈ ਸਾਹਿਬ ਜੀ, ਤੁਸੀਂ ਵੀ ਨਾਲ ਹੋ, ਤੁਸੀਂ ਕਿਵੇਂ ਵੇਖਦੇ ਹੋ ਜੀ ਇਸ ਘਟਨਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਪਹਿਲਾਂ ਪੰਜਾਬੀ ਲੋਕ ਚੈਨਲ ਵਾਲਿਆਂ ਦਾ। ਅਤੇ ਮੇਰਾ ਤਾਂ ਬਹੁਤ ਵਾਹ ਘੱਟ ਪਿਆ, ਇੱਕ ਦੋ ਵਾਰ ਫੌਜਾ ਸਿੰਘ ਦੇ ਨਾਲ ਜਾਣ ਦਾ ਮੌਕਾ ਮਿਲਿਆ ਜੀ। ਇਹਨਾਂ ਦੇ ਜਿੱਥੇ 'ਚ ਹੋਈ ਹੋ ਜੀ ਤੁਸੀਂ? ਹਾਂਜੀ, ਮੈਂ ਬਿਲਕੁਲ ਸਾਥੀ ਇਹਨਾਂ ਦਾ, 15 ਸਾਲ ਤੋਂ ਮੈਂ ਨਾਲ ਆ। ਅਤੇ ਕੋਈ ਉਦੋਂ ਉਸ ਟਾਈਮ 'ਤੇ ਕੋਈ ਐਡੀ ਗੱਲਬਾਤ ਹੈ ਨਹੀਂ ਸੀ 15 ਸਾਲ ਤੋਂ, ਫਿਰ ਜਿਉਂ ਇਹਦੇ ਨਾਲ ਇਹਨਾਂ ਦੇ ਨਾਲ ਆ ਗਏ ਹਾਂ। ਅਤੇ ਪਿਓ, ਦੂਜੇ ਪਿਓ ਨੂੰ ਕਿਸ ਤਰ੍ਹਾਂ ਦੇਖ ਰਿਹਾ ਤੁਸੀਂ ਵੀ ਬੱਚਿਆਂ ਦੇ ਪਿਓ ਹੋ ਗਏ, ਬੱਚੀ ਧੀ ਵੀ ਹੈਗੀ ਹੈ ਜੀ ਤੁਹਾਡੇ ਕੋਲ? ਹਾਂਜੀ। ਅਤੇ ਤੁਸੀਂ ਕਿਵੇਂ ਵੇਖਦੇ ਹੋ ਆਪਣੀ ਧੀ ਦੇ? ਧੀ ਦਾ ਤਾਂ ਮੋਹ ਹੀ, ਮੈਂ ਕਹਿੰਦਾ ਬਾਪ ਦੇ ਨਾਲ ਜੋ ਧੀ ਦਾ ਮੋਹ ਹੁੰਦਾ ਜੀ, ਕਿਸੇ ਮਾਂ ਦੇ ਨਾਲ ਵੀ ਨਹੀਂ ਹੁੰਦਾ ਇੰਨਾ। ਪਰ ਇਹ ਕਿਵੇਂ ਵੇਖਦੇ ਹੋ ਘਟਨਾ ਨੂੰ? ਇਹ ਤਾਂ ਬਹੁਤ ਜ਼ਿਆਦਾ ਵੱਡੀ ਘਿਨਾਉਣੀ ਹਰਕਤ ਹੋਈ ਆ, ਬਹੁਤ ਵੱਡਾ ਪਾਪ ਕੀਤਾ ਇਹਨਾਂ ਨੇ। ਬਹੁਤ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ, ਇਹਨਾਂ ਲੋਕਾਂ ਨੂੰ ਜਿਹੜੇ ਇੱਦਾਂ ਦੇ ਗੰਦ ਪਾਉਂਦੇ ਸਮਾਜ ਦੇ ਵਿੱਚ। ਜੀ ਬਿਲਕੁਲ। ਅਤੇ ਸੁਰਜੀਤ ਸਿੰਘ ਜੀ, ਗਿਆਨੀ ਜੀ, ਤੁਸੀਂ ਕਿਵੇਂ ਇਸ ਚੀਜ਼ ਨੂੰ ਹੁਣ ਕਿਵੇਂ ਲੈਂਦੇ ਹੋ? ਕਿਉਂਕਿ ਜਦੋਂ ਮਾੜੇ ਬੰਦੇ ਵੀ ਹੁੰਦੇ ਆ ਨਾ, ਕਾਤਲ ਵੀ ਹੁੰਦੇ ਆ, ਉਹਨਾਂ ਦੇ ਵੀ ਵਕੀਲ ਅੱਗੇ ਆ ਜਾਂਦੇ ਆ ਜੀ। ਹੁਣ ਵਕਾਲ ਅਦਾਲਤਾਂ 'ਚ ਵੀ ਜਾਊਗਾ ਕੇਸ, ਅਤੇ ਉਹਨਾਂ ਵੱਲੋਂ ਵੀ ਵਕੀਲ ਮਿਲਣਗੇ, ਫਿਰ ਉਹਨਾਂ ਵਕੀਲਾਂ ਨੂੰ ਕਿਵੇਂ ਵੇਖੀਏ ਜਿਹੜੇ ਵਕੀਲ ਕਹਿੰਦੇ ਵੀ ਮੈਂ ਇੰਨਾ ਵਧੀਆ ਜੀ ਆਹ ਕਰ ਦਿੰਦਾ, ਅਤੇ ਹੁਣ ਕੁੜੀ ਮਾਰ ਨੂੰ ਵੀ ਬਚਾਉਣ ਲਈ ਆਣਗੇ? ਮਾਫ਼ ਕਰਨਾ, ਮੈਂ ਤੁਹਾਨੂੰ ਇਸ ਸਵਾਲ ਦਾ ਜਵਾਬ ਬਾਅਦ ਵਿੱਚ ਦਿੰਦਾ ਜੀ। ਆਪਣੀਆਂ ਜਿਹੜੀਆਂ ਵਿਚਾਰਾਂ ਹੋਈਆਂ ਮੈਂ ਉਹਦੇ ਵਿੱਚੋਂ ਕੁਛ ਹੋਰ ਕਹਿਣਾ ਚਾਹੁੰਦਾ ਜੀ। ਜੀ, ਕਿ ਆਪਾਂ ਮਤਰੇਈ ਮਾਂ ਦੀ ਗੱਲ ਕਰਦੇ ਸੀ ਨਾ। ਹਾਂਜੀ। ਦੁਨੀਆਂ ਦੇ ਵਿੱਚ ਬਹੁਤ ਸਾਰੀਆਂ ਮਾਵਾਂ ਇਹੋ ਜਿਹੀਆਂ ਜਿਨ੍ਹਾਂ ਨੂੰ, ਜਿਨ੍ਹਾਂ ਦਾ ਪਤੀ ਮੁੱਕ ਜਾਂਦਾ ਅਤੇ ਉਹਨਾਂ ਨੂੰ ਉਮਰ ਦੇ ਲਿਹਾਜ਼ ਦੇ ਨਾਲ ਦੂਜਾ ਵਿਆਹ ਕਰਾਉਣਾ ਪੈਂਦਾ। ਹਾਂਜੀ। ਅਤੇ ਦੂਜੇ ਪਾਸੇ ਜਾ ਕੇ ਮਤਰਿਆ ਬਾਪ ਮਿਲ ਜਾਂਦਾ। ਮੇਰੇ ਖਿਆਲ ਮੁਤਾਬਕ, ਮੈਨੂੰ ਵੀ ਕਾਫੀ ਸਾਲ ਹੋ ਗਏ, ਲਗਭਗ 12-14 ਸਾਲ ਹੋ ਗਏ ਪ੍ਰਚਾਰ ਕਰਦਿਆਂ, ਅਤੇ ਹੋਰ ਸੰਭਾਲਿਆਂ ਨੂੰ ਵੀ, ਮੈਂ ਕਦੀ ਇੱਦਾਂ ਦੀ ਗੱਲ ਕਦੀ ਨਹੀਂ ਸੁਣੀ ਕਿ ਕੋਈ ਮਾਂ ਮਤਰੇ ਬਾਪ ਦੇ ਨਾਲ ਰਲ ਕੇ ਆਪਣੇ ਬੱਚੇ ਦਾ ਕਤਲ ਕਰਦੀ ਹੋਵੇ। ਜਦੋਂ ਵੀ ਕਿਤੇ ਗੱਲ ਸੁਣੀ ਆ ਨਾ, ਤਾਂ ਇਹੀ ਸੁਣੀ ਹੋਊਗੀ ਕਿ ਮਤਰੇਈ ਮਾਂ ਦੇ ਨਾਲ ਰਲ ਕੇ ਬਾਪ ਨੇ ਬੱਚਾ ਮਾਰ ਦਿੱਤਾ। ਪਰ ਇਹ ਗੱਲ ਕਿਤੇ ਮਾਂ ਵੀ ਜਾਂਦੀ ਆ ਤਾਂ ਮੂਹਰੇ ਬਾਪ ਮਤਰਿਆ ਮਿਲਦਾ, ਅਤੇ ਕਦੀ ਕਿਸੇ ਮਾਂ ਨੇ ਆਪਣਾ ਪਹਿਲਾ ਵਿਆਹ ਦਾ ਬੱਚਾ ਲਿਆਂਦਾ ਅਤੇ ਆਪਣੇ ਅਗਲੇ ਪਤੀ ਨਾਲ ਰਲ ਕੇ ਕਦੇ ਬੱਚੇ ਨੂੰ ਨਹੀਂ ਮਾਰਨ ਦਾ ਯਤਨ? ਇਹਦਾ ਕਾਰਨ ਕੀ ਸਮਝਦੇ ਹੋ ਜੀ ਫਿਰ? ਕਾਰਨ ਮੈਂ ਹੁਣ ਇੱਕ ਆਪਣੀਆਂ ਮਾਂ ਭੈਣਾਂ ਨੂੰ ਵੀ ਬੇਨਤੀ ਕਰਦਾ, ਰੱਬ ਨਾ ਕਰੇ ਤੁਹਾਨੂੰ ਦੂਜਾ ਵਿਆਹ ਕਰਾਉਣਾ ਪੈ ਜਾਵੇ, ਜਿਹੜਾ ਹੁਣ ਇਹਦਾ ਵੀ ਬੱਚਾ ਆਪਣਾ ਵੀ ਜਿਹਦਾ ਨਾਂ ਗੁਰਨੂਰ ਸਿੰਘ ਤੁਸੀਂ ਲੈਂਦੇ ਆ, ਅਤੇ ਜੇ ਉਹ ਗੁਰਨੂਰ ਸਿੰਘ ਆ, ਜੇ ਉਹਨੇ ਗੁਰਨੂਰ ਸਿੰਘ ਨੂੰ ਐਕਸੈਪਟ ਕੀਤਾ ਅਤੇ ਉਹਦੇ ਬੱਚਿਆਂ ਨੂੰ ਇਹਨੇ ਕਿਉਂ ਨਹੀਂ ਕੀਤਾ? ਭੈਣਾਂ ਨੂੰ ਬੇਨਤੀ ਆ ਕਿ ਤੁਹਾਨੂੰ ਵੀ ਇੱਦਾਂ ਦਾ ਕੰਮ, ਕੋਈ ਵਾਹਿਗੁਰੂ ਭਾਣਾ ਵਰਤਾ ਦਿੰਦਾ, ਤੁਹਾਡਾ ਪਤੀ ਮੁੱਕ ਜਾਂਦਾ, ਅਤੇ ਜੇ ਤੁਹਾਡੇ ਬੱਚੇ ਦੀ ਅਗਲਾ ਪਰਵਰਿਸ਼ ਕਰ ਸਕਦਾ, ਤੁਸੀਂ ਉਹਦੇ ਬੱਚੇ ਨੂੰ ਕਿਉਂ ਨਹੀਂ, ਤੁਸੀਂ ਇੱਕ ਮਾਂ ਸ਼ਬਦ ਨੂੰ ਧੱਬਾ ਕਿਉਂ ਲਵਾਉਂਦੇ ਆ? ਹਾਂਜੀ, ਹੁਣ ਤੁਹਾਡੇ ਮੈਂ ਸਵਾਲ ਵੱਲ ਆਉਣ ਲੱਗਾ ਕਿ ਵਕਾਲਤ ਵਕੀਲ ਕੇਸ ਲੜਦੇ ਨੇ। ਮੈਂ ਤੁਹਾਡੇ ਇਸ ਲੋਕ ਰੰਗ ਚੈਨਲ ਰਾਹੀਂ ਇੱਕ ਬੇਨਤੀ ਕਰਦਾ, ਮੇਰੇ ਹਿਸਾਬ ਨਾਲ ਜੇ ਕਿਸੇ ਸਿੱਖ ਵਕੀਲ ਦੇ ਕੋਲ ਕੇਸ ਗਿਆ ਜੀ, ਜੇ ਅਸਲ ਸਿੱਖ ਹੋਊਗਾ ਉਹ ਤਾਂ ਨਹੀਂ ਲੜਦਾ, ਜੇ ਗੁਰੂ ਦਾ ਸਿੱਖ ਹੋਊ, ਅਤੇ ਜੇ ਕਿਸੇ ਹੋਰ ਵਕੀਲ ਕੋ ਚਲੇ ਜਾਂਦਾ ਕੇਸ, ਉਹਨਾਂ ਨੂੰ ਵੀ ਅਸੀਂ ਹੁਣ ਇੱਕ ਬੇਨਤੀ ਕਰਦੇ ਹਾਂ, ਹੋ ਸਕਦਾ ਉਹ ਖਬਰ ਨੂੰ ਦੇਖਦੇ ਹੋਣ ਜਾਂ ਤੁਸੀਂ ਇੱਕ ਕਲਿੱਪ ਛੋਟਾ ਕਰਕੇ ਕਿਤੇ ਲਾਓ, ਕਿ ਤੁਹਾਨੂੰ ਇੱਕ ਹੱਥ ਜੋੜ ਕੇ ਬੇਨਤੀ ਹੈ, ਤੁਸੀਂ ਵੀ ਕਿਸੇ ਧੀ ਦੇ ਬਾਪ ਹੋ, ਤੁਹਾਡੇ ਘਰ 'ਚ ਵੀ ਬੱਚੇ ਨੇ, ਹਰ ਜਗ੍ਹਾ ਪੈਸਾ ਨਹੀਂ ਹੁੰਦਾ, ਕਿਤੇ ਨਾ ਕਿਤੇ ਆਪਾਂ ਰੱਬ ਨੂੰ ਉਹਦੀ ਦਰਗਾਹ ਦੇ ਵਿੱਚ ਜਾ ਕੇ ਲੇਖਾ ਵੀ ਦੇਣਾ, ਜਿਹੜਾ ਵੀ ਵਕੀਲ ਹੋਵੇਗਾ ਆਪਣੇ ਕਿਸੇ ਵੀ ਗੁਰੂ ਪੀਰ ਰਹਿਬਰ ਨੂੰ ਕਿਸੇ ਨੂੰ ਵੀ ਮੰਨਦਾ ਹੋਵੇਗਾ, ਉਹਨੂੰ ਮੁੱਖ ਰੱਖ ਕੇ ਕਿਸੇ ਵੀ ਪੀਰ ਪੈਗੰਬਰ ਨੇ ਸਾਨੂੰ ਧੀ ਨੂੰ ਜਾਂ ਬੱਚੇ ਨੂੰ ਕਤਲ ਕਰਨ ਦੀ, ਹਾਂ ਈਵਨ ਇੱਥੋਂ ਤੱਕ ਕਿ ਕਿਸੇ ਜਾਨਵਰ ਨੂੰ ਵੀ ਮਾਰਨ ਦਾ ਅਧਿਕਾਰ ਨਹੀਂ ਦਿੱਤਾ ਜੀ। ਅਸੀਂ ਤਾਂ ਇਹ ਕਹਿੰਦੇ ਹਾਂ ਕਿ ਅਸੀਂ ਧੀਆਂ ਕੁੱਖ 'ਚ ਕਿਉਂ ਕਤਲ ਕਰਦੇ ਹਾਂ, ਉਹਦੇ ਉੱਤੇ ਪਾਬੰਦੀ ਲੱਗਣੀ ਚਾਹੀਦੀ ਆ, ਔਰ ਲੱਗੀ ਫਿਰ ਵੀ ਕਈ ਕਰੀ ਜਾਂਦੇ ਨੇ। ਅਸੀਂ ਕੁੱਖ ਵਾਲੀਆਂ ਬਚਾਉਣ ਦੀ ਗੱਲ ਕਰਦੇ, ਇੱਥੇ ਜੰਮੀਆਂ ਨੂੰ ਮਾਰੀ ਜਾਂਦੇ ਨੇ, ਇਹ ਤੋਂ ਵੱਡਾ ਹੋਰ ਘਿਨਾਉਣਾ ਹੋਰ ਪਾਪ ਦੁਨੀਆ ਉੱਤੇ ਹੋਰ ਕਿਹੜਾ ਹੋ ਸਕਦਾ? ਰਹੀ ਗੱਲ, ਮੈਂ ਉੱਥੇ ਮੁੜ ਕੇ ਮੈਂ ਸਵਾਲ 'ਤੇ ਕਿ ਵਕੀਲ ਸਾਹਿਬਾਂ ਨੂੰ ਵੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਵੇਖੋ,
फिर उस बच्ची की मासूमियत वाल वेखो, उदिया फोटोआं तुसीं वायरल होईआं देखीआं, सारा कुछ वेख रहे हो, उन्हों मद्देनज़र रखते हैं। पहली गल तो यही है साड़ी केस लड़े कोई ना, तो जे कोई लड़ता भी फिर उन्होंने पहला देख लवे, करी भुख पड़ताल कर लवे कि बच्चे का दर्द की हुंदा, एक माँ जिहड़ी मुक गई आ उस उन्हें 9 महीने बच्ची नूं अपने पेट में रख के किदां पालिया, फिर उन्होंने जन्म दिता, फिर उन्हें जिन्नी चिर वह जिउंदी रही उन्ना चिर उन्होंने बच्चे किदां पालिया किदां जवान किया, उस माँ का भी करनी नामा जिहड़ा वह देखना चाहिए। तो इहनू जिहड़ी आ ਵੱਧ ਤੋਂ ਵੱਧ ਜਿਹੜੀ ਸਜ਼ਾ ਉਹ ਕਾਨੂੰਨੀ ਦਾਇਰੇ ਦੇ ਵਿੱਚ ਵੀ ਸਜ਼ਾ ਜਿਹੜੀ ਉਹ ਮਿਲਣੀ ਚਾਹੀਦੀ ਹੈ। ਮਿਲਣੀ ਚਾਹੀਦੀ ਹੈ ਜੀ। ਬਹੁਤ ਸਮਾਂ ਹੋ ਗਿਆ, ਮੈਂ ਆਖਰੀ ਸਵਾਲ ਤੁਹਾਨੂੰ ਕਰ ਲੈਣਾ। ਬੱਚਿਆਂ ਦੀ ਇੱਕ ਉਸ ਭੈਣ ਦੀ ਵੀਡੀਓ ਮੈਂ 1 ਸਾਲ ਪੁਰਾਣੀ ਵੀ ਵੇਖ ਰਿਹਾ ਜੀ, ਉਹਦੇ ਵਿੱਚ ਵੀ ਉਹਦੇ ਕਹਿ ਰਹੀ ਆ ਜੀ, ਇਹ ਕਹਿ ਰਹੇ ਨੇ ਵੀ ਤੈਨੂੰ ਮਾਰ ਦੇਣਾ ਅਤੇ ਅਸੀਂ ਕਹਿ ਦੇਣਾ ਵੀ ਤੇਰਾ ਕਰੰਟ ਲੱਗ ਗਿਆ ਜੀ। ਅਤੇ ਹੁਣ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਸਰੂਪ ਵਰਗੇ, ਜਿਹੜੇ ਅਜਿਹੇ ਕੁਕਰਮ ਕਰਨ ਦੀ ਤਿਆਰੀ ਦੇ ਵਿੱਚ ਹੋਣਗੇ ਜਾਂ ਜਿਹੜੇ ਅਜਿਹੀਆਂ ਧਮਕੀਆਂ ਦਿੰਦੇ, ਤਾਂ ਕਿਤੇ ਨਾ ਕਿਤੇ ਉਹਨਾਂ ਬੱਚਿਆਂ ਨੂੰ ਹੁਣ ਇੱਥੋਂ ਸਿੱਖਿਆ ਨਹੀਂ ਲੈਣੀ ਚਾਹੀਦੀ? ਜੇ ਉਸੇ ਟਾਈਮ ਮੈਂ ਕਹਿੰਦਾ ਉਸ ਵੀਡੀਓ ਦੇ ਆਧਾਰ 'ਤੇ ਤਾਂ ਕਾਰਵਾਈ ਕਰਵਾਈ ਹੁੰਦੀ ਤਾਂ ਸ਼ਾਇਦ ਅੱਜ ਧੀ ਨਾ ਮਰਦੀ ਜੀ। ਜੀ ਇਹ ਬਿਲਕੁਲ ਗੱਲ ਠੀਕ ਆ, ਜਿਹੜੀ ਵੀਡੀਓ ਹੁਣ ਆਈ ਸਾਹਮਣੇ ਜੀ, ਜੇ ਉਸ 2 ਸਾਲ ਪੁਰਾਣੀ ਹੈ ਜੀ, ਇਹ 2 ਸਾਲ ਪੁਰਾਣੀ ਆ, ਜਿਹੜਾ ਉੱਤੇ ਤਸ਼ੱਦਦ ਹੋ ਰਿਹਾ ਸੀਗਾ ਉਹਦੀ ਮਤਰੇਈ ਮਾਂ ਕਰ ਰਹੀ ਹੋਵੇ ਜਾਂ ਉਹਦਾ ਉਹ ਪਿਓ ਕਰ ਰਿਹਾ ਹੋਵੇ ਜਾਂ ਰਲ ਕੇ ਦੋਵੇਂ ਕਰ ਰਹੇ ਹੋਣ, ਉਹ ਆਪਣੇ ਮਾਮੇ ਕੋਲ ਗਈ ਗੁਰਬਾਜ ਸਿੰਘ ਕੋਲ ਜੀ, ਉਹਦੇ ਨਾਲ ਵੀ ਇਸ ਬੰਦੇ ਦਾ ਮੇਲ ਜੋਲ ਕੋਈ ਨਹੀਂ ਰਿਹਾ। ਇੱਥੇ ਮੈਂ ਇੱਕ ਬੇਨਤੀ ਕਰਦਾ ਵੀ ਇਹਦਾ ਮੇਲ ਜੋਲ ਹੁਣ ਦੱਸ ਰਹੇ ਨੇ ਸਾਰੇ, ਵੀ ਇਹਦਾ ਮੇਲ ਜੋਲ ਕਿਸੇ ਨਾਲ ਵੀ ਨਹੀਂ ਰਿਹਾ ਬੰਦੇ ਦਾ, ਵੀ ਜਿਹਦੀ ਭੈਣ ਸਕੀ ਕਹਿੰਦੀ ਹੋਵੇ ਵੀ ਮੇਰੇ ਭਰਾ ਨੂੰ ਫਾਹੇ ਟੰਗ ਦਿਓ, ਉਹਦਾ ਮਤਲਬ ਕੀ ਹੋਊਗਾ ਕਿਰਦਾਰ? ਸੋਚਣ ਵਾਲੀ ਇਹ ਗੱਲ ਹੈ ਵੀ ਉਹ ਇਖਲਾਕੀ ਤੌਰ 'ਤੇ ਇਨਸਾਨੀਅਤ ਤੌਰ 'ਤੇ ਕਿੰਨਾ ਮਰਿਆ ਹੋਇਆ ਬੰਦਾ ਹੋਵੇਗਾ, ਵੀ ਜਿਹਦਾ ਨਾ ਕਿਸੇ ਸ਼ਾਗਿਰਦ ਨਾਲ, ਨਾ ਆਪਣੇ ਬੱਚਿਆਂ ਨਾਲ, ਨਾ ਆਪਣੀ ਭੈਣ ਨਾਲ, ਨਾ ਆਪਣੇ ਮਾਂ ਬਾਪ ਨਾਲ, ਕਿਸੇ ਰਿਸ਼ਤੇਦਾਰ ਨਾਲ ਨਹੀਂ। ਇਹ ਮੁੰਡਾ ਜਿਹੜਾ ਗੁਰਬਾਜ ਸਿੰਘ ਇਹ ਜਿਹੜੀ ਮਤਲਬ ਬੇਟੀ ਦਾ ਕਤਲ ਹੋਇਆ ਜਾਂ ਵੱਡੀ ਉਹ ਜਿਹੜੀ ਧੀ ਦੱਸ ਰਹੀ ਵੀ ਮੇਰੇ ਨਾਲ ਆਹ ਕੁਝ ਹੁੰਦਾ ਰਿਹਾ, ਉਹਦਾ ਮਾਮਾ ਸਕਾ, ਉਹਦੇ ਨਾਲ ਵੀ ਕੋਈ ਇਹਦਾ ਮਤਲਬ ਮੇਲ ਮਿਲਾਪ ਨਹੀਂ ਸੀਗਾ। ਬਿਲਕੁਲ, ਉਹ ਆਪਣੇ ਮਾਮੇ ਕੋਲ ਗਈ ਹੈ ਜਾ ਕੇ, ਉਹਨੇ ਦੱਸਿਆ ਵੀ ਆਹ ਕੁਛ ਹੋਇਆ ਤਾਂ ਉਹਨੇ ਵੀਡੀਓ ਬਣਾ ਲਈ। ਉਹ ਪਤਾ ਨਹੀਂ ਵਿਚਾਰਾ ਕਿਉਂ ਡਰਦਾ ਰਿਹਾ, ਕੀ ਕਾਰਨ ਬਣਿਆ ਵੀ ਜਿਹੜਾ ਉਹਨੇ ਉਹ ਵੀਡੀਓ ਉਦੋਂ ਮਤਲਬ ਮੀਡੀਆ ਦੇ ਸਾਹਮਣੇ ਨਹੀਂ ਕੀਤੀ। ਸ਼ਾਇਦ ਜੇ ਉਹ ਵੀਡੀਓ ਉਦੋਂ ਮੀਡੀਆ ਦੇ ਸਾਹਮਣੇ ਆ ਜਾਂਦੀ ਤਾਂ ਇਹੋ ਜਿਹਾ ਪਾਪ ਨਾ ਹੁੰਦਾ, ਉਦੋਂ ਹੀ ਇਸ ਬੰਦੇ ਨੂੰ ਮਤਲਬ ਸਜ਼ਾ ਮਿਲਦੀ ਕਾਨੂੰਨੀ। ਪਰ ਕਿਸੇ ਨਾਲ ਇਸ ਤਰ੍ਹਾਂ ਦਾ ਕੋਈ ਤਸ਼ੱਦਦ ਹੁੰਦਾ, ਕੋਈ ਵੀਡੀਓ ਦੱਬੀ ਬੈਠਾ ਤਾਂ ਉਹਨੂੰ ਕੱਢਣੀ ਚਾਹੀਦੀ। ਬਿਲਕੁਲ ਕੱਢਣੀ ਚਾਹੀਦੀ ਹੈ ਜੀ, ਇਹ ਸਾਡੀ ਆਵਾਜ਼ ਵੀ ਹੈ ਅਤੇ ਪੰਜਾਬੀ ਲੋਕ ਚੈਨਲ ਰਾਹੀਂ ਜਿਹਨੂੰ ਅੱਜ ਲੋਕ ਮਤਲਬ ਦੇਖ ਰਹੇ ਨੇ, ਦੁਨੀਆ ਭਰ ਦੇ ਲੋਕ ਜਿਹੜੇ ਨੇ ਉਹ ਦੇਖ ਰਹੇ ਨੇ, ਅਤੇ ਉਹਨਾਂ ਚੈਨਲ ਦੇ ਰਾਹੀਂ ਇਹ ਸੁਨੇਹਾ ਵੀ ਆ ਉਹਨਾਂ ਲੋਕਾਂ ਤੱਕ ਵੀ ਜ਼ਰੂਰ ਜੇ ਕੁਝ ਇਹੋ ਜਿਹਾ ਸਮਾਜ ਵਿੱਚ ਕਿਤੇ ਪਿੰਡ ਵਿੱਚ ਕਿਸੇ ਪਿੰਡ ਵਿੱਚ ਕਿਸੇ ਇਲਾਕੇ ਵਿੱਚ ਕੋਈ ਹੋ ਰਿਹਾ ਤਾਂ ਤੁਸੀਂ ਮਤਲਬ ਜ਼ਰੂਰ ਜ਼ੁਲਮ ਦੇ ਜ਼ਬਰ ਦੇ ਜ਼ੁਲਮ ਦੇ ਖਿਲਾਫ ਖੜਨਾ ਸਾਡਾ ਫਰਜ਼ ਬਣਦਾ ਹੈ, ਜ਼ਰੂਰ ਆਵਾਜ਼, ਅਤੇ ਉਹਨਾਂ ਬੱਚਿਆਂ ਨੂੰ ਵੀ ਜਿਨ੍ਹਾਂ ਬੱਚਿਆਂ 'ਤੇ ਜ਼ੁਲਮ ਹੋ ਰਿਹਾ ਵੀ ਹੁਣ ਸਮਾਂ ਹੀ ਨਹੀਂ ਵੀ ਅਸੀਂ ਮਤਲਬ ਜ਼ੁਲਮ ਸਹੀ ਜਾਈਏ। ਸਿੱਖ ਧਰਮ ਦੇ ਵਿੱਚ ਤਾਂ ਹੈ ਹੀ ਐਸਾ ਨਾ ਵੀ ਜ਼ੁਲਮ ਕਰਨਾ ਵੀ ਪਾਪ ਅਤੇ ਸਹਿਣਾ ਉਹ ਤੋਂ ਵੱਡਾ ਪਾਪ ਹੈ, ਅਤੇ ਜੇ ਉਹ ਸਿੱਖ ਪਰਿਵਾਰ ਨਾਲ ਕੋਈ ਬੱਚਾ ਸੰਬੰਧ ਰੱਖਦਾ ਅਤੇ ਜੇ ਉੱਤੇ ਕੋਈ ਜ਼ੁਲਮ ਮਾਪਿਆਂ ਵੱਲੋਂ ਹੋ ਰਿਹਾ ਜਾਂ ਕਿਸੇ ਵੱਲੋਂ ਵੀ ਹੋ ਰਿਹਾ ਤਾਂ ਉਹਨੂੰ ਆਉਣਾ ਚਾਹੀਦਾ ਸਾਹਮਣੇ। ਬਿਲਕੁਲ, ਸੋ ਬਹੁਤ ਸਾਰੇ ਲੋਕਾਂ ਦੇ ਕਮੈਂਟ ਆ ਰਹੇ ਸੀਗੇ ਵੀ ਦੇਖਿਆ, ਕਹਿੰਦੇ ਆ ਵੀ ਇੱਕ ਔਰਤ ਕੁਝ ਵੀ ਕਰਾ ਸਕਦੀ ਹੈ, ਇੱਕ ਔਰਤ ਨੇ ਸਾਰਾ ਕਾਰਾ ਕੀਤਾ ਅਤੇ ਔਰਤ ਦੇ ਪਿੱਛੇ ਲੱਗ ਕੇ ਕੀਤਾ। ਯਾਰ ਔਰਤਾਂ ਨੂੰ ਨਾ ਬਦਨਾਮ ਕਰੋ, ਧੀਆਂ ਨੂੰ, ਉਹ ਵੀ ਔਰਤਾਂ ਵੀ ਕਿਸੇ ਦੀਆਂ ਧੀਆਂ, ਉਹਨਾਂ ਨੂੰ ਬਦਨਾਮ ਨਾ ਕਰੋ। ਹਾਂ, ਔਰਤ ਕੁਛ ਵੀ ਕਰਵਾ ਸਕਦੀ ਹੈ, ਪਰ ਕਿਹੜੀ ਔਰਤ ਜਿਹੜੀ ਮਰਦ ਦੀ ਪਸੰਦੀਦਾ ਹੋਵੇ? ਜੇ ਮਤਲਬ ਕਿ ਤੁਸੀਂ ਉਹਦੇ ਪਿੱਛੇ ਹੀ ਲੱਗ ਗਏ ਹੋ ਤਾਂ ਤੁਸੀਂ ਕੁਛ ਵੀ ਕਰਵਾ ਸਕਦੇ ਹੋ, ਉਹਨੂੰ ਪਤਾ ਵੀ ਇਹ ਮੇਰੇ ਮਗਰ ਲੱਗਿਆ ਹੋਇਆ, ਮੈਂ ਇਹਦੀ ਪਸੰਦੀਦਾ। ਹਾਂ, ਇੱਕ ਪਸੰਦੀਦਾ ਔਰਤ ਕੁਝ ਵੀ ਕਰਵਾ ਸਕਦੀ ਹੈ, ਪਰ ਇੱਕ ਔਰਤ ਅਜਿਹਾ ਘਿਨਾਉਣਾ ਹਰਕਤ ਨਹੀਂ ਕਰ ਸਕਦੀ। ਜੇ ਕਹਿੰਦੀ ਹੈ ਤਾਂ ਇੱਕ ਪਿਓ, ਇਹਦੀ ਪਿਓ ਮਤਲਬ ਕਿ ਇੰਨੀ ਕਿਹਦੀ ਜ਼ਰੂਰਤ ਹੈ ਵੀ ਉਹਦੇ ਬੱਚਿਆਂ ਨੂੰ ਸਕਿਆਂ ਨੂੰ ਕਹਿ ਦੇ ਵੀ ਹਾਂ ਮਾਰ ਦੇ ਅਤੇ ਮਾਰ ਦੇਵੇ। ਸੋ ਔਰਤਾਂ ਨੂੰ ਇਕੱਲਾ ਬਦਨਾਮ ਨਾ ਕਰੋ। ਹਾਂ, ਮਗਰ ਲੱਗਿਆ ਹੋਇਆ ਸੀ ਸਰੂਪ, ਸੋ ਉਸ ਕਰਕੇ ਉਸ ਨੇ ਇਹ ਘਿਨਾਉਣੀ ਹਰਕਤ ਨੂੰ ਅੰਜਾਮ ਦਿੱਤਾ। ਅਤੇ ਢਾਡੀ ਸਿੰਘਾਂ ਵੱਲੋਂ ਅੱਜ ਇਹ ਮਤਲਬ ਕਿ ਸੱਚ ਦੇ ਨਾਲ ਖੜਨ ਆਏ ਨੇ, ਅਤੇ ਇਹਨਾਂ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਵੀ ਇਸ ਸੂਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਜੋ ਸਾਡੇ ਸਮਾਜ ਦੇ ਜਿਹੜੇ ਘਾਤਕ ਅੰਸਰ ਨੇ, ਘਾਤਕ ਲੋਕ ਨੇ, ਉਹਨਾਂ ਦੇ ਲਈ ਇਹ ਸਜ਼ਾ ਇੱਕ ਮਿਸਾਲ ਹੋਵੇ। ਪੰਜਾਬੀ ਲੋਕ ਚੈਨਲ ਵੀ ਇਹੀ ਮੰਗ ਕਰਦਾ ਹੈ ਕਿ ਅਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਲੋਕਾਂ ਨੂੰ ਕੰਨ ਹੋ ਸਕਣ, ਬਾਕੀ ਲੋਕ ਜਾਗਰੂਕ ਹੋ ਸਕਣ। ਭੁਪਿੰਦਰ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਰੂਪਨਗਰ।